ਮੋਂ ਸਾਡੇ ਫਾਦਰ ਸਾਹਿਬ ਸੀ ਗਾਉਂਦੇ ਨੇ ਉਹਨਾਂ ਦੀਆਂ 8-8 ਐਲਬਮਾਂਆਂ ਮੇਰਾ ਔਰ ਮੈਂ ਸਰਪ੍ਰਾਈਜ਼ ਆ ਭਾਈ ਚਲ ਮੈਂ ਦੱਸੀ ਨਾ ਸਿੱਧੂ ਭਾਈ ਨਾਲ ਮੇਰਾ ਗਾਣਾ ਆਉਣਾ ਹਨਾ ਸੋ ਉਹ ਵੀ ਮੇਰੇ ਡੈਡੀ ਦਾ ਗਾਣਾ ਹੀ ਆ ਪੁਰਾਣਾ ਇੰਡਸਟਰੀ ਦੇ ਵਿੱਚ ਐਸਾ ਕੀ ਆ ਵੀ ਜਿਹੜੇ ਲੋਕ ਨੇ ਨਾ ਕਈ ਵਾਰ ਲੋਕ ਇਸ ਚੀਜ਼ ਤੋਂ ਤੰਗ ਹੋ ਜਾਂਦੇ ਨੇ ਖਾਸ ਕਰਕੇ ਬੌਂਡਿੰਗ ਸਿਸਟਮ ਤੋਂ ਮੈਂ ਸੁਣਿਆ ਕਹਿੰਦੇ ਕਲਾਕਾਰਾਂ ਨੂੰ ਨਾ ਬੌਂਡ ਕਰ ਲਿੱਤਾ ਜਾਂਦਾ ਕੰਪਨੀਆਂ ਜਿਹੜੀਆਂ ਨੇ ਬੌਂਡ ਕਰ ਲੈਂਦੀਆਂ ਨੇ ਚੂਸ ਲੈਂਦੀਆਂ ਨੇ ਖੂਨ ਚੂਸ ਲੈਂਦੀਆਂ ਨੇ ਅਸਲ ਜਿਹੜਾ ਕਲਾਕਾਰ ਦਾ ਟੈਲੈਂਟ ਹੁੰਦਾ ਨਾ ਉਹ ਚੂਸ ਲੈਂਦੀਆਂ ਨੇ ਬੌਂਡ ਦੇ ਵਿੱਚ ਨਾ ਹੁੰਦੇ ਤਾਂ ਇਨਸਾਨ ਹੀ ਨੇ ਜਿਹੜੇ ਬੌਂਡ ਕਰਦੇ ਨੇ ਉਹ ਵੀ ਲੇਕਿਨ ਉਹਨਾਂ ਦੇ ਮਾਈਂਡ ਦੇ ਵਿੱਚ ਕਈ ਸਮ ਟਾਈਮ ਮੈਨੂੰ ਲੱਗਦਾ ਵੀ ਐ ਹੁੰਦਾ ਵੇ ਸਾਡੀ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਲਾਈਕ ਆਪਣੇ ਅੰਦਰ ਹੀ ਮੈਂਟੈਲਿਟੀ ਹੋ ਜਾਂਦੀ ਵੀ ਮੈਂ ਕੰਪਨੀ ਆ ਵੀ ਮੇਰੇ ਅੰਡਰ ਆ ਗਿਆ ਜਾ ਸੋ ਮੇਰੇ ਸਾਹਮਣੇ ਵਾਲਾ ਇਹ ਤਾਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਜੇ ਕੋਈ ਤੁਹਾਡੇ ਅੰਡਰ ਆ ਤਾਂ ਉਹਨੂੰ ਹੋਰ ਗਰੋ ਕਰੋ ਠੀਕ ਹੈ ਜੇ ਸਮ ਟਾਈਮ ਜੇ ਉਹ ਕੁਝ ਪੈਸਾ ਕਮਾਰੇ ਤੇ ਆਬਸਲੀ ਕੰਪਨੀ ਦਾ ਵੀ ਹੁੰਦਾ ਉਹਦੇ ਵਿੱਚ ਹੱਕ ਜਿੰਨਾ ਕਿ ਉਹਨਾਂ ਦਾ ਬਣਦਾ ਉਹ ਲਓ ਤੁਸੀਂ ਆਦਰਵਾਇਜ਼ ਇੱਕ ਟੀਮ ਵਰਕ ਕਰਨਾ ਚਾਹੀਦਾ ਔਰ ਇੱਕ ਬੜਾਵਾ ਦੇਣਾ ਚਾਹੀਦਾ ਕੋਈ ਵੀ ਆ ਉਹਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਚਲ ਜੇ ਕੱਲ ਨੂੰ ਹੋਰ ਅੱਗੇ ਜਾਂਦਾ ਤਾਂ ਉਹਨਾਂ ਦਾ ਤਾਂ ਹਿੱਸਾ ਬਣਦਾ ਹੀ ਆ ਸੋ ਇਹ ਨਹੀਂ ਕਿ ਯਾਰ ਇਹ ਗਲਤ ਹੋ ਜਾਂਦਾ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਵੀ ਮੈਂ ਵੈਸੇ ਗੱਲ ਕਰ ਰਿਹਾ ਕਿ ਜੇ ਸਮ ਟਾਈਮ ਕਿਸੇ ਨੂੰ ਇਦਾਂ ਹੋਵੇ ਵੀ ਹੁਣ ਇਹਦਾ ਟਾਈਮ ਆ ਤੇ ਇਹਨੂੰ ਹੁਣ ਐ ਕਰ ਲੋ ਉਹ ਮਾੜੀ ਗੱਲ ਆ ਉਹ ਉਹ ਗਲਤ ਗੱਲ ਹੋ ਜਾਂਦੀ ਆ ਆਪਾਂ ਪਹਿਲੀ ਗੱਲ ਤਾਂ ਜੱਜ ਹੀ ਨਹੀਂ ਕਰਨੀ ਚਾਹੀਦਾ ਆਪਾਂ ਜਾਣਦੇ ਨਹੀਂ ਕਿਸੇ ਐਂਟਰਟੇਨਮੈਂਟ ਲਈ ਆਪਾਂ ਸਾਰੀ ਹੈ ਨਾ ਕਲਾਕਾਰ ਜੋ ਜੋ ਵੀ ਹੈ ਸੋ ਆਪਾਂ ਨੂੰ ਬਸ ਉੱਥੋਂ ਤੱਕ ਹੀ ਦੇਖਿਆ ਜਾਵੇ ਸੋ ਅਗਰ ਇੱਕ ਦਿਨ ਦੇ ਵਿੱਚ ਸਟਾਰ ਨਹੀਂ ਬਣ ਸਕਦਾ ਕੋਈ ਵੀ ਔਰ ਦੀ ਦਾ ਬਹੁਤ ਟਾਈਮ ਦਾ ਸਟਰਗਲ ਹੈ ਦੀ ਨੇ ਬਹੁਤ ਤੁਸੀਂ ਪੁਰਾਣੇ ਗਾਣੇ ਕਟੋ ਬਹੁਤ ਟਾਈਮ ਦਾ ਕਰਿਆ ਸੋ ਉਹਦੇ ਨਾਲ ਫਰਕ ਜ਼ਰੂਰ ਪੈਂਦਾ ਕਿਉਂਕਿ ਸਮ ਟਾਈਮ ਕਈਆਂ ਨੂੰ ਇਹ ਨਹੀਂ ਪਤਾ ਕਿ ਐਸੇ ਪਸਾਨਾ ਦੀ ਔਰ ਖੁਦਾਬਖਸ਼ ਭਰਾ ਨੇ ਕਈਆਂ ਨੂੰ ਬਹੁਤ ਨਹੀਂ ਪਤਾ ਕਿਉਂਕਿ ਪਤਾ ਨਹੀਂ ਕਿੱਦਾਂ ਨਹੀਂ ਪਤਾ ਡਿਫਰੈਂਟ ਰਹੇ ਹੈ ਜਾਂ ਕੁਝ ਵੀ ਸੋ ਅਸੀਂ ਭੈਣ ਭਾਈਆਂ ਜੀ ਸਕੇ ਜਾਂ ਜਾਵਾਂ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਪੂਰਾ ਜ਼ੋਰਾਂ ਤੇ ਹੈ ਸਰਕਾਰ ਜਿਹੜੀ ਹੈ ਪਿਗਲਣ ਦਾ ਨਾਂ ਨਹੀਂ ਲੈ ਰਹੀ ਕੀ ਲੱਗਦਾ ਵੀ ਸਰਕਾਰ ਦੇ ਮਨ ਦੇ ਵਿੱਚ ਕੀ ਹੈ ਵੀ ਉਹਨਾਂ ਨੂੰ ਉਹ ਬਜ਼ੁਰਗਾਂ ਦਾ ਦਰਦ ਹੀ ਨਹੀਂ ਦਿਖ ਰਿਹਾ ਵੀ ਜਿਹੜੇ ਠੰਡ ਵੀ ਨੰਗਾਤੀ ਪੂਰੇ ਹੋਣ ਗਰਮੀਆਂ ਚ ਲੰਨ ਵਾਸਤੇ ਵੀ ਉੱਥੇ ਬੈਠੇ ਨੇ ਸਰਕਾਰ ਦੀ ਗੱਲ ਕਰੀਏ ਮੇਰੇ ਸਾਹਮਣੇ ਲੱਗਦਾ ਵੀ ਅੱਜ ਤੋਂ ਪਹਿਲਾਂ ਜੇ ਆਪਾਂ 10 ਸਾਲ ਪਹਿਲਾਂ ਲੱਗੇ ਜਦ ਜ਼ਿੰਦਗੀ ਵਧੀਆ ਚੱਲ ਚੱਲ ਰਹੀ ਸੀ ਮਾੜੇ ਮੋٹے ਸ਼ਿੰਗਾਰਸ ਹੁੰਦੇ ਆ ਠੀਕ ਹੈ ਸੋ ਇਹ ਜਿਹੜੇ ਰੂਲ ਪਾਸ ਕਰਨ ਨਾਲ ਕੋਈ ਜ਼ਿਆਦਾ ਮੈਨੂੰ ਲੱਗਦਾ ਨਹੀਂ ਵੀ ਕੋਈ ਐਵੇਂ ਇਹਦਾ ਆਪਦੀ ਬਿਨਾਂ ਗੱਲ ਦੀ ਸਿਆਣਪ ਵਰਤੀ ਦੀ ਹੈ ਸਰਕਾਰ ਕਈ ਵਾਰ ਇਸ਼ਕ ਸਭ ਕੁਝ ਬਦਲ ਗਿਆ ਸਾਡਾ ਪਾਸਟ ਸਾਡੀ ਤਾਕਤ ਹੈ ਸਾਡਾ ਲੰਘਿਆ ਵਕਤ ਸਾਡੀ ਤਾਕਤ ਹੈ ਸਾਡੀ ਤਾਕਤ ਸਸਕਾਲ ਦੀ ਸਾਰਿਆਂ ਨੂੰ ਮੈਂ ਗੁਰਪ੍ਰੀਤ ਸਿੰਘ ਬਲ ਨਿਰਪੱਖ ਪੋਸਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਪੰਜਾਬੀ 뮤జిక్ ਦੀ ਜੇ ਮੈਂ ਗੱਲ ਕਰਾਂ ਕਹਿੰਦੇ ਬਹੁਤ ਸਾਲਾਂ ਪਹਿਲਾਂ ਨਾ ਇੱਕ ਬੂਟਾ ਲਾਇਆ ਸੀ ਇੱਕ ਬੀਜ ਬੋਇਆ ਗਿਆ ਸੀ ਜਿਸ ਦਾ ਨਾਮ ਸੀ ਪੰਜਾਬੀ ਸੰਗੀਤ ਜਗਤ ਜੇ ਅੱਜ ਦੀ ਤਰੀਕ ਦੇ ਵਿੱਚ ਮੈਂ ਗੱਲ ਕਰਾਂ ਇੱਕ ਬਹੁਤ ਵੱਡਾ ਬੋਰਡ ਬਣ ਚੁੱਕਾ ਹੈ ਉਹ ਤੇ ਉਸੇ ਬੋਰਡ ਦੇ ਉੱਤੇ ਬਹੁਤ ਸਾਰੇ ਫਲ ਯਾਨੀ ਕਿ ਪੰਜਾਬੀ ਗਾਇਕ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮਿੱਠਾ ਫਲ ਕਹਿ ਸਕਦੇ ਹਾਂ ਕਿ ਮਿੱਠਾ ਗਾਇਕ ਅੱਜ ਸਾਡੇ ਨਾਲ ਰੂਬਰੂ ਹੋਣ ਲੱਗਿਆ ਆ ਥੋੜੇ ਰੂਬਰੂ ਅਸੀਂ ਕਰਾਉਣ ਲੱਗੇ ਆ ਮੈਂ ਗੱਲ ਕਰ ਰਿਹਾ ਬਾਈ ਖੁਦਾਬਖਸ਼ ਦੀ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਬਾਈ ਦੀ ਲਾਈਫ ਬਾਰੇ ਜਾਣਾਂਗੇ ਕਿ ਕਿਹੜੇ ਚੇਂਜਸ ਆਏ ਨੇ ਬਾਈ ਦੀ ਲਾਈਫ ਦੇ ਵਿੱਚ ਕੁਝ ਐਸਾ ਪਲ ਵੀ ਸੀ ਜਦ ਕੋਈ ਪੁੱਛਦਾ ਨਹੀਂ ਸੀ ਤੇ ਪਰ ਅੱਜ ਜਿਹੜੇ ਨੇ ਲੋਕ ਜਾਣਦੇ ਨੇ ਪਹਿਚਾਨਦੇ ਨੇ ਕਿ ਖੁਦਾਬਖਸ਼ ਕੌਣ ਹੈ ਕੀ ਚੇਂਜਸ ਸੀਗੇ ਕੀ ਬਾਈ ਦੇ ਪ੍ਰੋਜੈਕਟਸ ਆ ਰਹੇ ਨੇ ਕਿਹੜੇ ਕਿਹੜੇ ਪ੍ਰੋਜੈਕਟਸ ਆਹ ਹਾਲੀ ਦੇ ਘੜੇ ਵਿੱਚ ਆਏ ਨੇ ਤੇ ਕਿਹੜੇ ਕਿਹੜੇ ਔਨ ਦਾ ਵੇ ਨੇ ਆਪਾਂ ਸਾਰੇ ਬਾਰੇ ਨਾ ਖੁੱਲੀਆਂ ਗੱਲਾਂ ਬਾਤਾਂ ਬਾਈ ਦੀ ਲਾਈਫ ਬਾਰੇ ਵੀ ਅੱਜ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵੀਰੇ ਦਾ ਸਵਾਗਤ ਕਰਦੇ ਹਾਂ ਵੀਰੇ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਔਰ ਤਨਵਾਜੀ ਤੁਹਾਡਾ ਥੈਂਕ ਯੂ ਠੀਕ ਠਾਕ ਹਾਂ ਵੀਰੇ ਕੈਂਡ ਕੈਂਡ ਬਾਈ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਬਹੁਤ ਵ ਤੋ ਕਿ ਹਰੇਕ ਦੇ ਵਿੱਚ ਸਟਰਗਲ ਆਉਂਦਾ ਸਾਰੇ ਲਾਈਫ ਦੇ ਵਿੱਚ ਆਉਣਾ ਵੀ ਜ਼ਰੂਰੀ ਹੈ ਲੇਕਿਨ ਬਹੁਤ ਕਿਰਪਾ ਸੰਤਾਨ ਦੀ ਬਹੁਤ ਹੈ ਜੀ ਅੱਛਾ ਭਾਈ ਜ਼ਰੂਰ ਜਾਨਣਾ ਚਾਹੂੰਗਾ ਕਿਉਂਕਿ ਜਦ ਇੰਡੀਅਨ ਆਇਡਲ ਦੇ ਵਿੱਚ ਤੁਸੀਂ ਗਏ ਹਾਂ ਜੀ ਸਿਲੈਕਟ ਹੋਏ ਚੰਡੀਗੜ੍ਹ ਆਡੀਸ਼ਨ ਦਿੱਤਾ ਫਿਰ ਦਿੱਲੀ ਗਏ ਦਿੱਲੀ ਸਿਲੈਕਟ ਹੋਏ ਹਾਂ ਜੀ ਕੀ ਦਿਲ ਦੇ ਵਿੱਚ ਸੋਚ ਕੇ ਕਿ ਗਏ ਸੀ ਪਹਿਲਾ ਜਦ ਆਡੀਸ਼ਨ ਦੇਣ ਗਏ ਸੀ ਘਰੋਂ ਕੀ ਸੋਚਿਆ ਸੀ ਕਿ ਮੈਂ ਚਲ ਆਡੀਸ਼ਨ ਦੇ ਕੇ ਆਉਣਾ ਕਿਉਂਕਿ ਕਈ ਲੋਕ ਨਾ ਮੈਂ ਜ਼ਿਆਦਾਤਰ ਜਿਹੜੇ ਦੇਖੇ ਨੇ ਨਾ ਕਹਿੰਦੇ ਵੀ ਯਾਰ ਮੈਂ ਕੋਈ ਸੋਚਿਆ ਨਹੀਂ ਸੀ ਕਿ ਮੈਂ ਇੱਥੇ ਇਸ ਮੁਕਾਮ ਤੇ ਪਹੁੰਚਾਂਗਾ ਇਹ ਕਹਿ ਦਿੰਦੇ ਨੇ ਪਰ ਕੋਈ ਮੰਦਾ ਸੋਚ ਕੇ ਤਾਂ ਕਰੋ ਤੁਰਦਾ ਹੀ ਹੋਊਗਾ ਨਹੀਂ ਆਬਵੀਅਸਲੀ ਮੈਂ ਇੱਕ ਮੰਦਾ ਇੱਕ ਸਿੰਪਲ ਜੀ ਗੱਲ ਆ ਕਿਉਂਕਿ ਆਪਣੇ ਕੋਈ ਵੀ ਆਪਾ ਇਨਸਾਨ ਆ ਤੇ ਹਰੇਕ ਦੇ ਇੱਕ ਸੁਪਨੇ ਹੁੰਦੇ ਨੇ ਹਰੇ ਸੁਪਨੇ ਹੁੰਦੇ ਨੇ ਬਟ ਸਮ ਟਾਈਮ ਕਿਉਂਕਿ ਪਰਮਾਤਮਾ ਕਿਉਂਕਿ ਜੇ ਫਿਰ ਬੰਦੇ ਦੇ ਸੋਚਣ ਨਾਲ ਹੀ ਜੇ ਹੋਣ ਲੱਗ ਜੇ ਫਿਰ ਤਾਂ ਪਰਮਾਤਮਾ ਨੂੰ ਭੁੱਲ ਜੇ ਸੋ ਆਪਾਂ ਸੋਚਦੇ ਕੁਛ ਨਾ ਲੇਕਿਨ ਉਹ ਆਪਣੇ ਆਪਣੇ ਰਾਹ ਦਵਾਈ ਕਿਸੇ ਹੋਰ ਪਾਸੇ ਲੈ ਜਾਂਦਾ ਤਾਂ ਬੰਦੇ ਕਹਿੰਦੇ ਨੀ ਯਾਰ ਤਾ ਸੋਚੇ ਨਹੀਂ ਸੀ ਯਾਰ ਰਾਤ ਤੱਕ ਜਾਵਾਂਗੇ ਪਰ ਮੇਰਾ ਐ ਸੀ ਕਿ ਸਾਰਿਆਂ ਨੂੰ ਜੋ ਮੇਰੇ ਬਾਰੇ ਜਾਣਦੇ ਨੇ ਸਾਡੀ ਫੈਮਿਲੀ ਬਾਰੇ ਜਾਣਦੇ ਨੇ ਕਿ ਮੇਰੇ ਮੰਮਾ ਦੇ ਕਰਕੇ ਅਸੀਂ ਗਏ ਸੀ ਉਹ ਕੰਮ ਕਰਦੇ ਸੀ ਪਰ ਮੇਰਾ ਇਹ ਸੀ ਕਿ ਮੈਂ ਉਹਨਾਂ ਨੂੰ ਕੰਮ ਨਾ ਕਰਨਾ ਹਾਂ ਸੋ ਅਸੀਂ ਚਲੇ ਗਏ ਸਪਨਾ ਮੇਰਾ ਇਹ ਸੀ ਜਦੋਂ ਮੈਂ ਗਾਵਾ ਵੀ ਮਤਲਬ ਮੈਨੂੰ ਹਿੰਦੀ ਬੜਾ ਪਿਆਰਾ ਲੱਗਦਾ ਵੀ ਪੰਜਾਬੀ ਵੀ ਲੇਕਿਨ ਉਹਦਾ ਪਲੇਬੈਕ ਮੈਨੂੰ ਵਧੀਆ ਲੱ ਇਤੋਂ ਚੰਡੀਗੜ੍ਹ ਮੈਂ ਪੰਜ ਕੋਲਾਡਿਸ਼ਨ ਦਿੱਤਾ ਬਟ ਮੈਂ ਇਹ ਨਹੀਂ ਸੋਚਿਆ ਸੀ ਕਿ ਆਪਾਂ ਕਿਸੇ ਨਾਲ ਕੰਪੀਟੀਸ਼ਨ ਕਰਨਾ ਚਾਹਦਾ ਬਟ ਅਚਾਨਕ ਹੀ ਬਸ ਬੈਂਸ ਸਿੱਖੇ ਸੀ ਕਿ ਉਦੋਂ ਹੀ ਚਲੇ ਗਿਆ ਬਸ ਪਰਫਾਰਮਾਂ ਨੇ ਮੇਨ ਕਰਤੀ ਜੀ ਅੱਛਾ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਗਏ ਹੋ ਹਾਂ ਜੀ ਤੁਸੀਂ ਪਰਫਾਰਮ ਕੀਤਾ ਅੱਛਾ ਕੀ ਉੱਥੇ ਖੁਦਾਬਾਹੀ ਕੀ ਫਰਕ ਕੀ ਹੈ 뮤ਜ਼ਿਕ ਇੰਡਸਟਰੀ ਦਾ ਜਿਹੜਾ ਬਾਲੀਵੁੱਡ 뮤ਜ਼ਿਕ ਇੰਡਸਟਰੀ ਨੇ ਤੇ ਜੇ ਆਪਾਂ ਪਾਲੀਵੁੱਡ 뮤ਜ਼ਿਕ ਇੰਡਸਟਰੀ ਦਾ ਪੰਜਾਬੀ 뮤ਜ਼ਿਕ ਇੰਡਸਟਰੀ ਦੀ ਜੇ ਮੈਂ ਗੱਲ ਕਰਾਂ ਫਰਕ ਕੀ ਹੈ ਦੋਨਾਂ ਦੇ ਵਿੱਚ ਨੇ ਫਰਕ ਬਸ ਆਪਣਾ ਆਪਣਾ ਆਪਸਲੀ ਉਹ ਨੈਸ਼ਨਲ ਲੈਵਲ ਆ ਜਾਂਦਾ ਜਾਂ ਆਪਣਾ ਬਟ ਮੈਨੂੰ ਤਾਂ ਇਹ ਲੱਗਦਾ ਕਿ ਉੱਥੇ ਵੀ ਆਪਣੇ ਪੰਜਾਬੀਆਂ ਦਾ ਰਾਜ ਹੀ ਆ ਸਾਰਾ ਸੋ ਸਾਰੇ ਆਪਣੇ ਪੰਜਾਬੀ ਕਰ ਹੀ ਜਾਂਦੇ ਨੇ ਸਾਰਾ ਕੁਝ ਜੋ ਵੀ ਕਰਦੇ ਲੇਕਿਨ ਜਿੰਨਾ ਤੱਕ ਮੈਂ ਦੇਖਿਆ ਵੀ ਉੱਥੇ ਟੈਲੈਂਟ ਦੇ ਇੱਥੇ ਵੀ ਗਦਰ ਆ ਸਾਰੀ ਜਗ੍ਹਾ ਟੈਲੈਂਟ ਹੀ ਹੁੰਦਾ ਐਵੇਂ ਲੱਗਦਾ ਵੀ ਕੋਈ ਅੱਗੇ ਨਹੀਂ ਆਉਂਦਾ ਟੈਲੈਂਟ ਤੋਂ ਬਗੈਰ ਬਟ ਉੱਥੇ ਕੋਈ ਵੀ ਚੀਜ਼ ਨੂੰ ਬੜਾ ਬਰੀਕੀ ਦੇ ਨਾਲ ਦੇਖਦੇ ਨੇ ਔਰ ਜਿਵੇਂ ਹਰੇ ਗਾਣੇ ਦੇ ਵਿੱਚ ਫੀਲ ਨੂੰ ਲੱਭਦੇ ਨੇ ਉਹ ਜਾਂਦਾ ਬਟ ਮਿਊਜ਼ਿਕ ਹਰ ਇੱਕ ਤਰ੍ਹਾਂ ਦਾ ਫੀਲ ਹੀ ਹੈ ਜੇ ਕੋਈ ਚੱਕਵੇਂ ਗਾਣੇ ਕਹਿੰਦਾ ਜਾਂ ਕੋਈ ਫੀਲ ਵਾਲੇ ਮੇਰੇ ਹਿਸਾਬ ਨਾਲ ਸਾਰਿਆਂ ਦਾ ਆਪਣਾ ਆਪਣਾ ਫੀਲ ਹੈ ਔਰ ਸਹੀ ਆ ਬਟ ਉਥੋਂ ਦਾ ਲੈਵਲ ਥੋੜਾ ਜਿਆਦਾ ਹੈ ਕਿ ਉਹ ਨੈਸ਼ਨਲ ਪੱਧਰ ਹੈ ਜਿਹਦੇ ਕਰਕੇ ਉਹਨੂੰ ਯੂਪੀ ਵੀ ਦੇਖਦਾ ਗੁਜਰਾਤ ਵੀ ਦੇਖਦਾ ਔਰ ਪੰਜਾਬ ਦਾ ਫਰਕ ਇਹ ਹੋ ਜਾਂਦਾ ਵੀ ਉਹਨੂੰ ਸਿਰਫ ਆਪਣਾ ਸਟੇਟ ਅੱਛਾ ਭਾਈ ਜੀ ਅੱਗੇ ਮੈਂ ਗੱਲ ਕਰਾਂ ਕਹਿੰਦੇ ਵੀ ਕਿਤਨਾ ਕਿਤੇ ਪਾਰਸ਼ਲਟੀ ਮੈਂ ਸੁਣਨ ਦੇ ਵਿੱਚ ਆਇਆ ਸੀ ਲੋਕ ਨਾ ਅਕਸਰ ਜ਼ਿਕਰ ਕਰ ਦਿੰਦੇ ਨੇ ਵੀ ਜਿਹੜੇ ਰਿਐਲਿਟੀ ਸ਼ੋਜ਼ ਚੱਲਦੇ ਨੇ ਇਹਨਾਂ ਦੇ ਵਿੱਚ ਕਹਿੰਦੇ ਕਿ ਹੁੰਦਾ ਵੀ ਜੇ ਬੰਦਾ ਸਿਲੈਕਟ ਨਹੀਂ ਹੁੰਦਾ ਤਾਂ ਕਹਿੰਦੇ ਨੇ ਇਹ ਪਾਰਸ਼ਲਟੀ ਹੁੰਦੀ ਹੈ ਕਿ ਅਸਲ ਦੇ ਵਿੱਚ ਸੱਚ ਹੈ ਵੀ ਉੱਥੇ ਪਾਰਸ਼ਲਟੀ ਚੱਲਦੀ ਹੈ ਨਹੀਂ ਨਹੀਂ ਭਾਈ ਜੀ ਮੈਂ ਜ਼ਾਦਾ ਕੋਈ ਵੀ ਚੀਜ਼ ਜਦੋਂ ਮੈਂ ਆਡੀਸ਼ਨ ਦੇਣ ਗਿਆ ਸੀ ਹੋ ਵੀ ਸਕਦਾ ਮੈਂ ਨਹੀਂ ਕਹਦਾ ਵੀ ਨਹੀਂ ਆ ਕਿਸੇ ਨਾਲ ਕਿਉਂਕਿ ਜਿਹਦੇ ਨਾਲ ਜਿੱਦਾਂ ਵਾਪਰਦਾ ਉਹਨਾਂ ਦੀ ਕਹਾਣੀ ਦੱਸਣੀ ਹੁੰਦੀ ਹੈ ਸੋ ਮੈਨੂੰ ਨਹੀਂ ਲੱਗਿਆ ਮੇਰੇ ਨਾਲ ਕੋਈ ਪਾਰਸ਼ਲਟੀ ਹੋਈ ਹੈ ਜੇ ਲੋਕ ਕਹਿ ਦ ਯਾਰ ਪਾਰਸ਼ਲਟੀ ਹੁੰਦੀ ਹੈ ਉਥੇ ਪਰ ਮੈਨੂੰ ਨਹੀਂ ਲੱਗਿਆ ਲੇਕਿਨ ਐ ਕਿ ਉਹਨਾਂ ਦਾ ਮੈਂ ਤਾਂ ਸ਼ੁਕਰੀ ਕਰਦਾ ਵੀ ਉਹਨਾਂ ਦੇ ਦੁਆਰਾ ਸੀ ਅੱਗੇ ਆਏ ਲੋਕਾਂ ਦੇ ਅੱਗੇ ਆ ਰਹੇ ਹਜੇ ਤਾਂ ਬਹੁਤ ਕੁਝ ਕਰਨਾ ਪਹਿਲਾ ਕਦਮ ਆ ਵੀ ਲੇਕਿਨ ਮਾੜੀ ਮੁੱਟੀ ਕਿਤੇ ਨਾ ਕਿਤੇ ਜਿਹਦੇ ਨਾਲ ਵਾਪਰਦੀ ਆ ਉਹਦੇ ਨਾਲ ਹੋ ਸਕਦੀ ਲੇਕਿਨ ਮੇਰੇ ਨਾਲ ਨਹੀਂ ਹੋਇਆ ਮੈਂ ਮੈਂ ਝੂਠ ਬੋਲਾਂ ਮੇਰੇ ਨਾਲ ਨਹੀਂ ਕੁਝ ਵੀ ਹੋਇਆ ਖਾਸ ਜਨਰ ਕਿਹੜਾ ਪਸੰਦ ਕਰਦੇ ਆ ਖੁਦਾਬਾਈ ਵੀ ਜਿਹੜਾ ਤੁਹਾਨੂੰ ਤੁਹਾਡਾ ਦਿਲ ਦੇ ਬੜਾ ਕਰੀਬ ਹੋਵੇ ਯਾਰ ਵੀ ਮੈਂ ਸੈਡ ਗਾਉਣਾ ਪੀਆ ਮੈਂ ਭੰਗੜੇ ਵਾਲਾ ਗਾਉਣਾ ਨਹੀਂ ਮੇਰੀ ਪਹਿਲੀ ਇੰਟਰਵਿਊ ਮੈਂ ਪਹਿਲੀ ਵਾਰੀ ਦੱਸਣ ਜਾ ਰਿਹਾ ਜਿਆਦਾ ਮੈਂ ਨਾ ਜੇ ਮੈਂ ਸੁਣਦਾ ਤਾਂ ਜਮੈਂ ਜਿਵੇਂ ਹਿੰਦੀ ਦੀ ਗੱਲ ਸੁਣਦਾ ਜਿਵੇਂ ਅਰਜੀਤ ਸਿੰਘ ਜੀ ਨੇ ਬਾਈ ਨੇ ਹਨਾ ਸਾਰੇ ਵੱਡੇ ਵੱਡੇ ਨੇ ਸੋ ਮੈਂ ਉਹਨਾਂ ਨੂੰ ਜਿਆਦਾ ਸੁਣਦਾ ਜਾਂ ਉਹਦਾ ਮਤਲਬ ਉਹਦਾ ਕਾਪੀ ਨਹੀਂ ਲੇਕਿਨ ਉਹ ਮੈਂ ਗਾਉ ਅਰ ਅਦਰਵਾਇਜ਼ ਮੈਂ ਪਸੰਦ ਕਰਦਾ ਪੰਜਾਬੀ ਦੇ ਵਿੱਚ ਕੁਲਦੀਪ ਮਾਨਕ ਸਾਹਿਬ ਸ਼ਿੰਦਾ ਸਾਹਿਬ ਜਾਂ ਇਦਾਂ ਦਾ ਮਤਲਬ ਵੀ ਮੇਰੇ ਪਾਪਾ ਕਹਿੰਦੇ ਸੀ ਮਦਾਨੀ ਕਹਿ ਕੀ ਬੋਲਦੇ ਇਹਨਾਂ ਨੂੰ ਸੋ ਬਸ ਹਰ ਇੱਕ ਦਾ ਮੈਂ ਉਹੀ ਪੈਰਾਂ ਕਹਿੰਦੇ ਵੀ ਕੋਈ ਮੇਰੇ ਸਾਹਮਣੇ ਨਾਲ ਆਪਣੀ ਆਪਣੀ ਸੋਚ ਹੈ ਵੀ ਇਟਸ ਜਸਟ ਫੀਲ ਹੈ ਕੋਈ ਵੀ ਕਹਿੰਦੀ ਹੈ ਜਿਵੇਂ ਅਗਲਾ ਕਦੇ ਕੋਈ ਵੀ ਆਪਾਂ ਜਿਵੇਂ ਪੰਜਾਬੀ ਫੋਕ ਕਹਨੇ ਆ ਉਹ ਵੀ ਇੱਕ ਫੀਲ ਹੈ ਜੋਦੇ ਵਿੱਚ ਆਪਾਂ ਹਰਕਤ ਨਹੀਂ ਮਾਰੇ ਦਾ ਮਤਲਬ ਇਹ ਨਹੀਂ ਵੀ ਹੋ ਗਾਇਕੀ ਨਹੀਂ ਉਹ ਤਾਂ ਸਿਰਾਈ ਆ ਬਕੋ ਕਿ ਸਿੱਧਾ ਵੀ ਆਉਣਾ ਬਹੁਤ ਔਖਾ ਸੋ ਮੇਰਾ ਹਰੇਕੀ ਫੇਵਰਟ ਹੈ ਮੈਂ ਕਦੇ ਕਦੇ ਤਾਂ ਮੇਰੀ ਗੱਡੀ ਦੇ ਵਿੱਚ ਕਈ ਵਾਰ ਅਰਜੀਤ ਸਿੰਘ ਬਾਈ ਚੱਲਦੇ ਤੇ ਗਜ਼ਲ ਚੱਲਦੀ ਤੇ ਕਦੇ ਕਦੇ ਆਪਣੇ ਫਰਜ਼ ਜਮਾ ਸਿੱਧਾ ਸ਼ਾਤਾ ਸਭ ਚੱਲੀ ਜਾਂਦੇ ਹੁੰਦੇ ਮਾਨਕ ਸਾਹਿਬ ਜਾਂ ਹਨਾ ਸਹੀ ਗੱਲ ਹੈ ਮੈਂ ਕਹਿੰਦਾ ਮਾਨਕ ਸਾਹਿਬ ਦਾ ਜ਼ਿਕਰ ਹੋਇਆ ਤਾਂ ਉਹਨੇ ਦੋ ਸਦਰਾਂ ਕੋਈ ਵੀ ਤੁਹਾਡਾ ਫੇਵਰਟ ਜ਼ਰੂਰ ਹੋ ਜਾਣਾ ਹਾਂਜੀ ਜੀ ਮੇਰੇ ਆਪਰਸਲੀ ਮੇਰੇ ਮਾਮਾ ਜੀ ਨੇ ਉਹ ਨਾਨਾ ਜੀ ਮੇਰੇ ਦਾਦੀ ਦੇ ਬ੍ਰਦਰ ਸੀ ਸੋ ਮੈਂ ਦੋਖ ਲੈਣਾ ਉਹਨਾਂ ਦੀਆਂ ਸੁਨਾਦਣਾ ਹੂੰ ਹਉ ਨੀ ਪੁੱਤ ਜਟਾਂ ਦਾ ਹਲਬਾਉਂਦਾ ਵੱਡੇ ਤੜਕੇ ਦਾ ਹਉ ਤੇਰੀ ਅੱਖਾਂ ਮਰੇ ਦਿਖਦੀ ਸੂਰਤ ਪਿਆਰੀ ਹਉ ਚਤਨਾ ਲੱਗਦਾ ਤੇਰੇ ਵਾਜੋ ਮੇਰੇ ਹਾਂਦੇ ਐ ਸੋ ਤੇਰੀ ਹਉ ਮੈਨੂੰ ਸੁਣੀ ਸੁਣੀ ਲੱਗਦੀ ਦੁਨੀਆਂਦਾਰੀ ਹਉ ਗੱਲ ਸੁਣ ਮੇਰੀ ਜੀ ਨੂੰ ਪਰ ਖਿਆਰ ਦੀ ਹੋਵੇ ਨਾ ਹੋਇਆਂ ਦੀ ਸ਼ੋਲਿਆ ਦੇ ਵੱਡ ਵਰਗੀ ਹੁੰਦੀ ਯਾਰੀ ਹਉ ਮਰਦਾ ਮੌਤ ਕ ਸੁਤੀ ਮਿਲਦੀ ਕਿਦਰੇ ਢੋਈ ਨਾ ਸੱਚ ਅੱਖਾਂ ਕਰਦਾ ਜੇਣਾ ਆਪਣੇ ਮਿੱਤਰਾਂ ਨਾਲ ਗਦਾਰੀ ਥੈਂਕ ਯੂ ਸੋ ਮਚ ਅੱਛਾ ਵੀਰੇ ਮੈਂ ਮੈਨੂੰ ਪਤਾ ਲੱਗਿਆ ਕਹਿੰਦੇ ਵੀ 12ਵੀਂ ਤੋਂ ਬਾਅਦ ਜਿਹੜਾ ਇੱਕ ਸ਼ੌਂਕ ਜਾਗ ਗਿਆ ਸੀ ਗਾਉਣ ਦਾ ਪਹਿਲਾਂ ਨਹੀਂ ਗਾਉਂਦੇ ਸੀ ਨਹੀਂ ਪਹਿਲਾਂ ਮੈਂ ਐਕਚੁਅਲੀ ਗਾਉਂਦਾ ਸੀ ਵੀਰੇ ਉਦੋਂ ਮੈਂ ਬਸ ਇਹਨਾਂ ਨਾ ਲਾਈਕ ਸਕੂਲ ਦੇ ਵਿੱਚ ਹੀ ਗਾਉਂਦਾ ਸੀ ਕਿਉਂਕਿ ਜਦੋਂ ਮੈਂ ਪ੍ਰੇਅਰ ਦੇ ਵਿੱਚ ਮੈਨੂੰ ਪ੍ਰੋਫੈਸ਼ਨਲ ਬਾਅਦ ਚ ਚੁਣਿਆ ਨਾ ਸੋ ਪਹਿਲਾਂ ਬਲੱਡ ਚ ਹੀ ਨੇ ਸਾਡੇ ਮੇਰੇ ਡੈਡੀ ਸੀਰਾ ਖਾਨ ਬਾਦਲ ਗਾਉਂਦੇ ਸੀ ਅਫਸਾਨਾ ਭੈਣ ਗਾਉਂਦੇ ਨੇ ਉਹ ਤਾਂ ਮੇਰੇ ਤੋਂ ਪਹਿਲਾਂ ਦਾ ਗਾਉਂਦੇ ਨੇ ਸੋ ਮੈਂ ਜੇ ਪਲੱਸ 2 ਦੇ ਵਿੱਚ ਦੀ ਗੱਲ ਕਰਾਂ ਤਾਂ ਮੈਂ ਸਕੂਲ ਦੇ ਵਿੱਚ ਮੈਂ ਬੜਾ ਪਿਆਰਾ ਮਤਲਬ ਬੱਚਾ मतलब सीका ਵੀ ਜਿਵੇਂ ਸਟੂਡੀਓ ਜਿਵੇਂ ਕਿੰਨ ਪ੍ਰੇਅਰ ਕਰਾਉਂਦੇ ਨਹੀਂ ਸ਼ਰਾਰਤ ਕਰਦੇ ਬਟ ਕਿਸੀ ਗਲਤ ਸ਼ਰਾਰਤ ਨਹੀਂ ਕਰਦੇ ਸੀ ਮਜ਼ਾਕ ਯਾਰਾਂ ਮਿੱਤਰਾਂ ਨਾਲ ਕਰਦੇ ਰਹਿੰਦੇ ਸੋ ਜਿਵੇਂ ਪ੍ਰੇਅਰ ਦੇ ਵਿੱਚ ਹੁੰਦਾ ਕੋਈ ਹੁੰਦੀ ਸ਼ਨੀਵਾਰ ਦੀ ਆਪਣੀ ਜਿਵੇਂ ਹੁੰਦੀ ਸੀ ਪਤਾ ਨਹੀਂ ਕਿਹੜਾ ਚੱਲਿਆ ਸੀ ਇੱਕ ਸੈਚਰਡੇ ਉਦੋਂ ਨਵਾਂ ਨਵਾਂ ਸਰਕਾਰੀ ਸਕੂਲ ਚ ਅੱਛਾ ਉਹਦੋਂ ਗਾਣੇ-ਗੂਣੇ ਸੁਣਨਦੇ ਸੀ ਸਾਰਿਆਂ ਤੋਂ ਬਸ ਉਦੋਂ ਮੇਰੇ ਤੋਂ ਮੈਨੂੰ ਗਵਾਈ ਜਾਂਦੇ ਉਹਨਾਂ ਸਾਰਿਆਂ ਨੂੰ ਇਹ ਪਤਾ ਸੀ ਵੀ ਗਾਉਂਦਾ ਮੁੰਡਾ ਜਦੋਂ ਮੈਂ ਆ ਜਾਂਦਾ ਇੰਨਾ ਪਿਆਰ ਕਰਦੇ ਸਾਰੇ ਅੱਜ ਵੀ ਸੋ ਉਦਾਂ ਹੀ ਮੈਂ ਚੜ ਜਾਂਦਾ ਸਾਰੇ ਤਾੜੀਆਂ ਮਾਰ ਲੱਗ ਜਾਂਦੇਵੇਂ ਹੋਣ ਲੱਗੂ ਸਿਰਾਂ ਯਾਰ ਹ ਪਲਸ 2 ਫਿਰ ਮੈਂ ਕਾਲਜ ਚ ਗਿਆ ਕਾਲਜ ਚ ਵੀ ਅਸੀਂ ਆਵਾਰ ਗਾਈ ਸੀ ਜਿੱਥੇ ਸੀ ਫਿਰ ਮੈਂ ਉਸ ਤੋਂ ਬਾਅਦ ਮੈਂ ਆਈਡਲ ਕਿਉਂਕਿ ਵਕਤ ਸਭ ਤੋਂ ਵੱਡਾ ਟੀਚਰ ਹੈ ਉਹ ਆਪੇ ਸਿਖਾਉਂਦਾ ਦੁਰ ਆ ਜਾਂਦਾ ਜੀ ਅੱਛਾ ਖੁਦਾਬਈ ਮੈਂ ਸੁਣਿਆ ਕਿ ਇੱਕ ਟਾਈਮ ਐਸਾ ਵੀ ਸੀ ਕਹਿੰਦੇ ਬਹੁਤ ਮਾੜੇ ਹਾਲਾਤ ਸੀ ਘਰ ਦੇ ਵਿੱਚ ਜੇ ਦੇਖਿਆ ਜਾਵੇ ਕੀ ਕਰਦੀ ਜਿਹੜੀ ਕੰਡੀਸ਼ਨ ਸੀ ਕੁਝ ਜ਼ਿਆਦਾ ਚੰਗੀ ਨਹੀਂ ਸੀਗੀ ਉਸ ਟਾਈਮ ਨੂੰ ਲੱਗਦਾ ਕੋਈ ਲੋਕ ਇਦਾਂ ਦੇ ਵੀ ਟੱਕਰੇ ਹੋਣਗੇ ਵੀ ਜਿਹੜੇ ਮਤਲਬੀ ਹੁੰਦੇ ਹੋਣਗੇ ਵੀ ਜਿਹੜੇ ਬਾੜੀ ਬਾੜੀ ਟੋਂਟ ਵੀ ਮਾਰਦੇ ਹੁੰਦੇ ਨੇ ਆਪਾਂ ਕਹਿੰਦੇ ਨਾ ਪਿੰਡਾਂ ਦੇ ਵਿੱਚ ਟੋਂਟ ਮਾਰ ਕੇ ਟੀਚਰਾਂ ਕਰਕੇ ਨਿਕਲ ਜਾਂਦੇ ਹੋਣਗੇ ਮੈਂ ਤਾਂ ਤੁਸੀਂ ਜਾਣਦੇ ਹੋ ਫਸਾਨਾ ਦੀ ਤਾਂ ਬਹੁਤ ਵੱਡਾ ਤੁਹਾਡੀ ਪਿਆਰ ਦੇ ਰਹੇ ਹੋ ਸਾਰਿਆਂ ਦਾ ਆਪਣਾ ਇੰਨਾ ਪਿਆਰ ਆ ਸਾਡੇ ਪਰਿਵਾਰ ਦਾ ਸਾਰਿਆਂ ਨੂੰ ਤੁਸੀਂ ਪਿਆਰ ਕਰਦੇ ਹੋ ਸੋ ਇਹ ਲੋਕ ਤਾਂ ਮੈਂ ਤਾਂ ਇਹ ਕਹਿੰਦਾ ਵੀ ਚਲ ਮੈਂ ਗਲਤ ਨਹੀਂ ਕਹਿੰਦਾ ਕਿ ਹੁੰਦੇ ਨੇ ਤਾਂ ਹੁਣ ਵੀ ਨੇ ਪਹਿਲਾਂ ਵੀ ਸੀ ਸੋ ਹੁੰਦੇ ਨੇ ਹਾਂ ਬੁਲਾਉਂਦੇ ਹੁਣ ਬਹੁਤ ਉਹਦਾ ਫਰਕ ਪੈ ਗਿਆ ਆਬਸਲੀ ਨੈਸ਼ਨਲ ਪੱਧਰ ਤੇ ਜਾ ਕੇ ਜਿੱਕੇ ਅਸੀਂ ਇੱਕ ਵਾਰ ਮੈਂ ਸ਼ੂਟ ਕਰਨ ਗਿਆ ਲੇਹ ਲਦਾਖ ਦੇ ਵਿੱਚ ਸਾਡਾ ਗਾਣਾ ਆਉਣਾ ਸੀ ਸੋ ਮੈਂ ਸੋਰ ਐਸੇ ਸੋਰ ਐ ਸੀਗਾ ਲਾਈਕ ਉਹਦੇ ਵਿੱਚ ਏਅਰਪੋਰਟ ਦੇ ਵਿੱਚ ਸਾਡੀ ਫਲਾਈਟ ਦੂਸਰੀ ਵੀਟ ਕਰ ਰਹੀ ਸੀ ਸੀ ਉਹਨਾਂ ਨੇ ਆਉਣਾ ਕਿਉਂਕਿ ਉਹ ਤਾਂ ਐਂ ਸੀ ਵੀ ਇੱਕ ਵਾਰੀ ਨਿਕਲ ਜੂਣਾ ਫਿਰ ਅੰਦਰ ਨਹੀਂ ਕਈ ਵਾਰ ਐਂਟਰ ਹੁੰਦਾ ਹੁੰਦਾ ਹੀ ਆਲ ਡੜ ਮੈਂ ਸੁੱਤਾ ਪਿਆ ਤਾਂ ਉਹ ਵਿਚਾਰੀ ਇੱਕ ਕੰਮ ਕਰਦੀ ਸੀ ਆਂਟੀ ਜੀ ਸੋ ਜਿੱਦਾਂ ਉਹ ਹੁੰਦੇ ਨੇ ਜਿਵੇਂ ਲੇਹਲਦਾਖ ਦੇ ਵਿੱਚ ਹੁੰਦੇ ਨਾ ਡਿਫਰੈਂਟ ਹਾਂ ਉਹਨਾਂ ਨੇ ਵੀ ਪਛਾਣ ਲਿਆ ਕਿ ਇਹ ਖੁਦਾ ਬਖਸ਼ਾ ਯਾਰ ਵੀ ਐ ਕਰਕੇ ਉੱਥੇ ਸਾਰਾ ਇਕੱਠ ਹੋ ਗਿਆ ਸੋ ਕਹਿੰਦਾ ਭਾਵੇਂ ਆ ਕਿ ਫਰਕ ਤਾਂ ਪੂਰਾ ਹੀ ਪੈ ਹੀ ਜਾਂਦਾ ਵੀ ਸਾਰੇ ਜਾਣਦੇ ਨੇ ਸੋ ਜਿਹੜੀ ਜਿਹੜੀ ਗੱਲ ਤੁਸੀਂ ਉਹਦੀ ਕਰਦੇ ਹੋ ਵੀ ਜਿਵੇਂ ਟੌਂਟ ਵਾਲਾ ਕੰਮ ਇਹਦਾ ਹੁਣ ਤੱਕ ਵੀ ਕਈ ਆਪਦੇ ਹੀ ਨੇ ਚੱਲੀ ਜਾਂਦਾ ਚੱਲ ਮਾਲਕ ਉਹਨਾਂ ਨੂੰ ਵੀ ਬਾਬਾ ਜੀ ਭਲਾ ਕਰਨ ਉਹ ਦੇਖੀ ਚੱਲ ਮਰਦਾਨਿਆਂ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਹਨ ਸੋ ਇਦਾਂ ਚੱਲੀ ਜਾਂਦਾ ਸਿਸਟਮ ਸੋ ਟੌਂਟ ਵਾਲਾ ਕੰਮ ਤਾਂ ਚੱਲੀ ਜਾਂਦਾ ਰਹਿੰਦਾ ਬ్రో ਅਚਕ ਕੋਈ ਇੰਡਸਟਰੀ ਦੇ ਵਿੱਚ ਨਾ ਮੈਂ ਬਹੁਤ ਸੁਣਿਆ ਮੈਂ ਕਲਾਕਾਰਾਂ ਨਾਲ ਅਕਸਰ ਮਿਲਦੇ ਆ ਨਾ ਵਰਤਦੇ ਆ ਤਾਂ ਇੱਕ ਇੱਕ ਚੀਜ਼ ਨਾ ਹਰੇਕ ਕਲਾਕਾਰ ਮੈਨੂੰ ਦੱਸਦਾ ਆ ਕਿ ਤਨਾ ਕਿਤੇ ਕਹਿੰਦੇ ਮਿਊਜ਼ਿਕ ਇੰਡਸਟਰੀ ਜਿਹੜੇ ਨਾ ਇਹਦੇ ਵਿੱਚ ਨਾ ਲੋਕ ਦੋਗਲੇ ਬਹੁਤ ਨੇ ਯਾਨੀ ਕਿ ਕੈਮਰੇ ਦੇ ਮੂਹਰੇ ਜਿਵੇਂ ਹੁਣ ਮੈਂ ਗੱਲ ਕਰਾਂ ਤੇ ਕੈਮਰਾ ਬੰਦ ਹੋਇਆ ਤਾਂ ਕਹਿੰਦੇ ਰੂਪ ਕੁਝ ਹੋਰ ਹੋ ਜਾਂਦਾ ਜੇ ਕੈਮਰਾ ਮੂਹਰੇ ਹੋਇਆ ਤਾਂ ਵੀਰ ਜੀ ਵੀਰ ਜੀ ਵੀਰ ਜੀ ਸ਼ੁਰੂ ਆ ਇਹ ਤਾਂ ਸੱਚ ਆ ਇਹ ਹੋ ਜਾਂਦਾ ਯਾਰ ਆਟੜ ਮੈਂ ਤਾਂ ਕਹਿੰਦਾ ਆਟੜ ਸੁਭਾਅ ਦਾ ਸੋ ਬਟ ਮੈਂ ਮੈਨੂੰ ਲੱਗਦਾ ਵੀ ਨਹੀਂ ਹੋਣਾ ਚਾਹੀਦਾ ਇੱਕ ਪਾਸੇ ਹੋਣਾ ਚਾਹੀਦਾ ਕੋਈ ਵੀ ਬੰਦੇ ਦਾ ਇਹਦਾ ਪਛਾਣੇਆਂ ਲੇਕਿਨ ਹੁੰਦਾ ਨਹੀਂ ਆਪਣੇ ਆਕੇ ਹਨਾ ਸੋ ਆਪ ਦੇ ਆਪ ਦੀ ਸੋਚ ਦੇ ਮਾਲਕ ਨੇ ਸਾਰੇ ਜੀ ਬਿਲਕੁਲ ਅੱਛਾ ਬਾਈ ਹੁਣ ਜਿਵੇਂ ਜ਼ਿਕਰ ਕਰ ਆਪਾਂ ਇੰਟਰਵਿਊਸ ਤਾਂ ਕਰਦਾ ਹੈ ਗੱਲਬਾਤ ਕਰਾਂਗੇ ਮੈਂ ਚਾਹੁੰਨਾ ਵੀ ਪਾਗਲ Song ਮੇਰਾ ਬਹੁਤ ਜ਼ਿਆਦਾ ਫੇਵਰੇਟ ਹੈ ਪਾਗਲ Song ਦੀ ਮੈਂ ਜ਼ਰੂਰ ਜਿਹੜੀਆਂ ਤੁਹਾਡੇ ਮੂੰਹੋਂ ਜ਼ਰੂਰ ਸੁਣਨਾ ਚਾਹਾਂਗਾ ਲਾਈਵ ਠੀਕ ਹੈ ਬ੍ਰਦਰ ਮਸਲਾ ਹੂੰ ਹੂੰ ਹੋ ਆ ਹਾ ਹਾ ਮੈਂ ਪਾਗਲ ਨਹੀਂ ਸੀ ਯਾਰੋ ਮੈਨੂੰ ਉਹ ਬਣਾ ਗਈ ਓ ਮੈਂ ਪਾਗਲ ਨਹੀਂ ਸੀ ਯਾਰੋ ਮੈਨੂੰ ਉਹ ਬਣਾ ਗਈ ਉਹ ਹੋਕ ਕੇ ਦੁੱਖਾਂ ਦੇ ਵਿੱਚ ਰਹਿਣਾ ਮੈਨੂੰ ਉਹ ਸਿਖਾ ਗਈ ਏ ਉਹ ਪਲ ਪਲ ਮਰਦਾਰ ਨਾ ਚੇਤੇ ਕਰਦਾਰ ਨਾ ਕੀ ਦੱਸਾਂ ਮੈਂ ਯਾਰੋ ਅੱਖਾਂ ਪਰਦਾਰ ਨਾ ਕੀ ਔਕਾਤ ਸਿਆਰੋਂ ਮੇਰੀ ਮੈਨੂੰ ਉਹ ਦਿਖਾ ਗਈ ਏ ਉਹ ਮੈਂ ਪਾਗਲ ਨਹੀਂ ਸਿਆਰੋਂ ਮੈਨੂੰ ਉਹ ਬਣਾ ਗਈ ਏ ਕੀ ਬਾਤ ਹੈ ਬ੍ਰੇਕੀ ਥੈਂਕ ਯੂ ਸੋ ਮਚ ਅੱਛਾ ਭਾਈ ਗਾਣਾ ਆਇਆ ਸੀ ਇੱਕ ਵਕਤ ਹਾਂਜੀ ਹਾਂ ਜੀ ਤੁਹਾਡਾ ਤਾਂ ਅਫਸਾਨਾ ਹੈ ਹਾਂਜੀ ਪਾ ਹਾਂਜੀ ਦੋਨਾਂ ਦਾ ਇਕੱਠੇ ਆਇਆ ਸੀ ਕਹਿੰਦਾ ਦਿਲ ਦਾ ਦਰਦ ਹੁਣ ਗਾ ਕੇ ਸੁਣਾਵਾਂਗੇ ਹਾਂਜੀ ਜੀ ਜੀ ਕਲੈਨ ਸੀਗੀ ਲੈ ਮੈਨੂੰ ਬੜੀ ਮੈਨੂੰ ਚੰਗੀ ਲੱਗੀ ਵੀ ਐਸਾ ਕੀ ਦਿਲ ਦੇ ਵਿੱਚ ਦਰਦ ਸੀ ਜਿਹੜਾ ਤੁਸੀਂ ਅੰਦਰ ਕਾਰਕਾਰੀ ਬੈਠਾ ਸੀਗਾ ਵੀ ਜਿਹੜਾ ਤੁਹਾਨੂੰ ਲੱਗਦਾ ਸੀਗਾ ਵੀ ਹੁਣ ਕੱਢਣਾ ਚਾਹੀਦਾ ਬਾ ਨਹੀ ਨਹੀ ਬਿਲਕੁਲ ਜੀ ਮੈਂ ਤਾਂ ਇੱਕ ਗੱਲ ਦੱਸਦਾ ਵੀ ਕਿ ਨਾਨਕ ਦੁਖਿਆ ਸਭ ਸੰਸਾਰ ਹਰੇਕ ਦੇ ਕਹਿੰਦੇ ਨਾ ਮੈਂ ਆਪਣਾ ਗਮ ਭੁੱਲ ਗਿਆ ਪਤਨੀ ਕਹਿੰਦੀ ਗਾਣਾ ਤਾਂ ਸੋ ਦਰਦ ਹਰੇਕ ਔਰ ਜੀ ਦੇ ਅੰਦਰ ਮੈਂ ਤਾਂ ਕਹਿੰਦਾ ਦਰਦ ਨਹੀਂ ਉਹ ਬੰਦਾ ਨਹੀਂ ਦਰਦ ਹੋਣਾ ਬੜਾ ਜ਼ਰੂਰੀ ਹੈ ਰਹਿਮ ਹੋਣਾ ਬਹੁਤ ਜ਼ਰੂਰੀ ਹੈ ਕਿਸੇ ਵੀ ਬੰਦੇ ਦੇ ਅੰਦਰ ਸੋ ਦਰਦ ਹੈਗਾ ਵੀ ਆੜੜ ਜੋ ਵੀ ਚੀਜ਼ਾਂ ਦਾ ਜਿਸ ਤਰ੍ਹਾਂ ਦਾ ਵੀ ਹੋਇਆ ਇਨਸ਼ਾਅੱਲਾ ਆਪਾਂ ਪੇਸ਼ ਕਰ ਰਹੇ ਆ ਭੈਣ ਪੇਸ਼ ਕਰ ਰਹੇ ਆ ਔਰ ਸਾਡੇ ਵੀ ਆਉਣ ਵਾਲੇ ਨੇ ਗਾਣੇ ਪੇਸ਼ ਕਰਾਂਗੇ ਹੌਲੀ ਹੌਲੀ ਕਾਫੀ ਚੀਜ਼ਾਂ ਹੌਲੀ ਹੌਲੀ ਕਈ ਚੀਜ਼ ਮੇਰੀ ਆਦ ਤੱਕ ਕਈ ਚੀਜ਼ਾਂ ਮੇਰੇ ਨਾਲ ਵਾਪਰੀਆਂ ਵਾਪਰ ਜਾਂਦੀਆਂ ਬਟ ਮੈਂ ਉਹਨਾਂ ਨੂੰ ਗਾਣੇ ਵਿੱਚ ਨਹੀਂ ਕਈ ਵਾਰ ਗਾਉਂਦਾ ਲੇਕਿਨ ਹਾਂ ਕਈ ਜਿਵੇਂ ਗਾਉਂਦੇ ਨੇ ਬਾਈ ਉਹਨਾਂ ਨਾਲ ਆਪਦੇ ਆਪ ਨੂੰ ਰਿਲੇਟ ਕਰ ਲੈਂਦੇ ਸੋ ਕਾਫੀ ਚੀਜ਼ਾਂ ਆਪ ਵੀ ਗਾਉਣੀਆਂ ਫਿਰ ਉਹਦਾਂ ਦੀਆਂ ਸਾਰੀਆਂ ਅੱਛਾ ਬਾਈ ਆਪ ਲਿਖ ਵੀ ਲੈਨੇ ਹੋ ਨਹੀਂ ਨਹੀਂ ਗਾਉਣਾ ਹੀ ਆ ਕਲਾ ਮੈਂ ਇੱਕ ਅਦਾ ਆ ਪਾਗਲ ਗਾਣੇ ਦਾ ਇੱਕ ਅਦਾ ਪੈਰਾ ਜਿਹਾ ਲਿਖਿਆ ਹੋਣਾ ਸ਼ਾਇਦ ਸੋ ਇਹ ਯਾਨੀ ਕਿ ਹੈ ਅੰਦਰ ਟੈਲੈਂਟ ਤਾਂ ਲਿਖਣ ਦਾ ਤਾਂ ਹੈ ਲਿਖਣ ਦਾ ਹੋ ਸਕਦਾ ਬਾਈ ਪਤਾ ਨਹੀਂ ਲੇਕਿਨ ਕੋਸ਼ਿਸ਼ ਕੋਸ਼ਿਸ਼ ਇਹ ਥੋੜਾ ਜਿਹਾ ਲਿਖਿਆ ਹੋਇਆ ਜਿਹਾ ਆਉਣਾ ਸੀ ਆਇਆ ਨਹੀਂ ਬਟ ਉਹ ਐ ਜਿਹਾ ਹੂੰ ਥੋੜਾ ਜਿਹਾ ਪਹਿਰੇ ਲਿਖਿਆ ਜਿਹਾ ਹੂੰ ਜੀ ਜੀ ਉਹ ਨਹੀਂ 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 ਮੈਂ ਪਿਆਰ ਨਹੀਂ ਕਰਨਾ ਹੋਇ ਅੱਜ ਤੋਂ ਮੈਂ ਕਿਸੇ ਤੇ ਇਤਬਾਰ ਨਹੀਂ ਕਰਨਾ ਕਿਉਂ ਦਿਲ ਤੋੜਦੀ ਐ ਦੁਨੀਆ ਕਿਉਂ ਧੋਖਾ ਦਿੰਦੀ ਐ ਦੁਨੀਆ ਉਹ ਸਭ ਕੁਝ ਹੁੰਦਿਆਂ ਹੋਇਆਂ ਵੀ ਮੈਂ ਫਿਰ ਵੀ ਕੱਲਾ ਹਾਂ ਨਹੀਂ 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 ਮੈਂ ਪਿਆਰ ਨਹੀਂ ਕਰਨਾ ਮੇਰੇ ਕੀ ਬਾਤ ਹੈ ਮੈਂ ਕਹਿੰਦਾ ਵੀ ਟੈਲੈਂਟ ਤਾਂ ਯਾਰ ਪੂਰਾ ਹੀ ਐ ਤੁਸੀਂ ਲਿਖੋ ਮੈਂ ਤਾਂ ਕਹਿੰਦਾ ਵੀ ਉਹ ਨਹੀਂ ਕਦੇ ਪਤਾ ਯਾਰ ਨਹੀਂ ਲੱਗਦਾ ਲੇਕਿਨ ਹਾਂ ਲਿਖ ਦਾਂਗੇ ਬਾ ਕਮਾਲ ਬਾ ਕਮਾਲ ਗਾਇਕੀ ਦੇ ਬਾ ਕਮਾਲ ਤੁਸੀਂ ਲਿਖਦੇ ਵੀ ਲਿਖਤ ਜਿਹੜੀ ਹੁਣ ਤੁਸੀਂ ਦਸਨਾਈ ਹੈ ਮੈਨੂੰ ਲੱਗਦਾ ਪਹਿਲੀ ਵਾਰ ਕੈਮਰੇ ਤੇ ਬਾਈ ਜੀ ਪਾਪਾ ਜੀ ਵਰ ਸੁਣਾ ਹਾਂਜੀ ਇਹ ਵੈਸੀ ਕੈਨੇਡਾ ਵੈਟ ਸੀ ਉਦੋਂ ਲਿਖਿਆ ਗਿਆ ਲਿਖਣਾ ਹਾਂ ਜੀ ਇਹਨੂੰ ਪੂਰਾ ਕਰਨ ਦਾ ਫਿਰ ਹੁਣ ਚੱਲ ਰਿਹਾ ਕੰਮ ਹਾਂ ਇੱਕ ਹੋਰ ਗਾਣਾ ਸੀ ਉਹਦੇ ਵਿੱਚ ਐਡ ਕਰਤਾ ਸੀ ਉਹ ਕਿਸੇ ਹੋਰ ਮੁੰਡੇ ਦੇ ਲਿਖਿਆ ਹੋਇਆ ਸੀ ਹਾਂਜੀ ਕਰਿਆ ਨਹੀਂ ਇਹਨੂੰ ਮੈਂ ਸੋਚ ਰਿਹਾ ਸੀ ਕਰੀਏ ਕਿ ਨਾ ਤੇ ਦੇਖਣ ਲੱਗਦਾ ਮੈਂ ਆਪਣਾ ਪਰਸਨਲ ਥਿਊ ਦਵਾਂ ਤਾਂ ਜ਼ਰੂਰ ਕਰਨਾ ਚਾਹੀਦਾ ਥੈਂਕ ਯੂ ਸੋ ਮੱਚ ਹਾਂਜੀ ਦੇ ਦੇ ਅੱਛਾ ਭਾਈ ਇੱਕ ਸਵਾਲ ਨਾ ਮੈਂ ਐ ਸੁਣਿਆ ਕੀ ਕਹਿੰਦੇ ਵੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਕੋਈ ਬੰਦਾ ਹਿੱਟ ਹੋਵੇ ਜਾਂ ਪਰਿਵਾਰ ਜਿਵੇਂ ਪ੍ਰਾਣਿਕ ਕਲਾਕਾਰ ਦੀ ਜਿਵੇਂ ਗੱਲ ਕਰਾਂ ਜਿਵੇਂ ਸਰਦੀਪ ਬਿੰਦਰਖਿਆ ਸਾਹਿਬ ਸੀਗੇ ਜਾਂ ਹੋਰ ਜਿਹੜੇ ਵੱਡੇ ਵੱਡੇ ਕਲਾਕਾਰ ਸੀਗੇ ਕਹਿੰਦੇ ਨੇ ਵੀ ਜੇ ਉਹਨਾਂ ਦਾ ਇੱਕ ਸਿਲਵਰ ਸਪੂਨ ਵਾਲੀ ਗੱਲ ਹੋ ਜਾਂਦੀ ਨਾ ਬੱਚੇ ਨੂੰ ਬਣਿਆ ਬਣੀ ਚੀਜ਼ ਬਣ ਜਾਂਦੀ ਆ ਤਾਂ ਸ਼ਾਇਦ ਉਹਨੂੰ ਕਹਿੰਦੇ ਉਹ ਕਦਰ ਨਹੀਂ ਹੁੰਦੀ ਤਾਂ ਉਹ ਕਦਰ ਉਹ ਸੱਚ ਆ ਗੱਲ ਵੀ ਰਤਬਾ ਕਮਾਉਣਾ ਉਹਨਾਂ ਵੀ ਔਖਾ ਹੁੰਦਾ ਆ ਮੰਨ ਲਓ ਇੱਕ ਆਰਟਿਸਟ ਬਣਿਆ ਹੋਇਆ ਉਹਦਾ ਬੱਚਾ ਜਿਹੜਾ ਗਾ ਰਿਹਾ ਤੇ ਕਿਹੜਾ ਸਟੈਬਲਿਸ਼ ਹੋ ਰਿਹਾ ਸਟਰਗਲ ਕਰ ਰਿਹਾ ਮੁੰਡਾ ਉਹਨੂੰ ਨਾ ਬਣਾਉਣਾ ਔਖਾ ਤੇ ਜਿਹ ਇੱਕ ਗੱਲ ਇਹ ਜ਼ਰੂਰੀ ਹੈ ਇਹ ਬਿਲਕੁਲ ਸੱਚ ਹੈ ਜੀ ਤੁਹਾਡੀ ਠੀਕ ਹੈ ਮੈਂ ਸੱਚ ਵੀ ਮੰਨਦਾ ਠੀਕ ਵੀ ਹੈ ਕਿਉਂਕਿ ਇਹ ਮੈਂ ਇਹ ਲੱਗਦਾ ਕਿਉਂਕਿ ਮੈਂ ਇਹ ਗੱਲ ਕਰਦਾ ਕਿ ਕਈ ਵਾਰ ਜਿਵੇਂ ਇੱਕ 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 ਬੱਚੇ ਨੇ ਗਾਰਡਨ ਦੇ ਵਿੱਚ ਪੈਦਾ ਹੋਣਾ ਉਹਨੂੰ ਉਸ ਚੀਜ਼ ਦਾ ਉਹਵੇਂ ਫੁੱਲ ਫੁੱਟੀਆਂ ਆਪਾਂ ਪੈਦਾ ਹੋ ਜਾਂਦੀਆਂ ਚਲੋ ਉਹਦੇ ਕਰਮ ਆ ਚੰਗੀ ਗੱਲ ਆ ਕੋਈ ਮਾੜੀ ਗੱਲ ਨਹੀਂ ਉਹਦਾ ਹੋਣਾ ਲੇਕਿਨ ਹਾਂ ਜਿਹੜੀ ਚੀਜ਼ ਜਿਹੜੀ ਤਪ ਕਰਕੇ ਪੈਦਾ ਹੁੰਦੀ ਹੈ ਜਿਹੜਾ ਸਟਰਗਲ ਕਰਕੇ ਨਾਮ ਔਖਾ ਬਣਦਾ ਫਿਰ ਬਣਦਾ ਘੈਂਟ ਆ ਫਿਰ ਉਹਨੂੰ ਉਹਨੂੰ ਐ ਆ ਵੀ ਉਹਨੂੰ ਕਿਸੇ ਦੇ ਨਾਮ ਨਾਲ ਨਹੀਂ ਜਾਣਾ ਜਾਣਾ ਹੂੰ ਇਹ ਤਾਂ ਗੱਲ ਮੰਨਦੇ ਨਾ ਹੁਣ ਆਪਾਂ ਕਈ ਨਾਮ ਆਏ ਨੇ ਵੱਡੇ ਹਸਤੀ ਆਪਾਂ ਕਹਿੰਦੇ ਨਹੀਂ ਚਲੋ ਉਹ ਗੱਲ ਆ ਉਹ ਵੀ ਟੈਲੈਂਟਡ ਨੇ ਕਿਉਂਕਿ ਆਬਵਸਲੀ ਬਲੱਡ ਦਾ ਵਿੱਚ ਸਰਕਲ ਤਾਂ ਬਲੱਡ ਤਾਂ ਆਪਦੇ ਫਾਦਰ ਸਾਹਿਬ ਦਾ ਹੀ ਆ ਸੋ ਆਪਾਂ ਗਾਉਂਦੇ ਆ ਹੁਣ ਸਾਡੇ ਫਾਦਰ ਸਾਹਿਬ ਸੀ ਗਾਉਂਦੇ ਨੇ ਉਹਨਾਂ ਦੀਆਂ 8-8 ਆਲਬਮਾਂ ਆ ਮੇਰਾ ਔਰ ਮੈਂ ਸਰਪ੍ਰਾਈਜ਼ ਆ ਭਾਈ ਚਲ ਮੈਂ ਦੱਸੀ ਨਾ ਸਿੱਧੂ ਭਾਈ ਨਾਲ ਮੇਰਾ ਗਾਣਾ ਆਉਣਾ ਹਨਾ ਸੋ ਉਹ ਵੀ ਮੇਰੇ ਡੈਡੀ ਦਾ ਗਾਣਾ ਹੀ ਆ ਪੁਰਾਣਾ ਸੋ ਕਈ ਵਾਰ ਸੋ ਕਾਰਨ ਇਹ ਆ ਕਿ ਔਖਾ ਸੌਖਾ ਤਾਂ ਫਿਰ ਚਲੋ ਹੋ ਹੀ ਜਾਂਦਾ ਮਾੜਾ ਮੋਟਾ ਤਾਂ ਫਿਰ ਆਪਰਸਲੀ ਹੋ ਹੀ ਜਾਂਦਾ ਨਵੀਂ ਚੀਜ਼ ਨੂੰ ਅਕਸੈਪਟ ਕਰਨਾ ਬਟ ਜਦੋਂ ਤੁਸੀਂ ਉਹਨੂੰ ਅਕਸੈਪਟ ਕਰਦੇ ਫਿਰ ਉਹਨੂੰ ਆਡ ਡੇਖਦੇ ਹੋ ਉਹਦੀ ਇੱਕ ਆਡ ਲਾਈਨ ਬਣ ਜਾਂਦੀ ਹੈ ਪਧਰੀ ਇੱਕ ਰਾਹ ਬਣ ਜਾਂਦਾ ਮੇਰੇ ਸਭ ਨਾਲ ਉਹ ਫਿਰ ਠੀਕ ਹੈ ਉਸ ਸਬਕਾ ਸਪੂਨ ਵਾਲੀ ਗੱਲ ਵੀ ਠੀਕ ਹੈ ਵੀ ਚਲੋ ਲੇਕਿਨ ਆਇਆ ਕਿ ਜੇ ਮੈਂ ਹੁਣ ਕਾਫੀ ਕਲਾਕਾਰਾਂ ਨੂੰ ਚਲੋ ਮੈਂ ਇਹ ਗੱਲ ਕਰਦਾ ਕਿ ਸਿੱਧੂ ਬਾਈ ਦੇ ਤਰੀਕੇ ਕੋਈ ਗਾਉਂਦਾ ਸੀ ਉਹਨਾਂ ਨੇ ਫਿਰ ਇੱਕ ਆਡ ਰਾਹ ਬਣਾਇਆ ਜਾਂ ਕੋਈ ਵੀ ਕਲਾਕਾਰ ਬਣਾ ਰਹੇ ਨੇ ਸੋ ਫਿਰ ਆਡ ਰਾ ਮੇਰੇ ਸਭ ਨਾਲ ਠੀਕ ਉਹ ਨਾਮ ਹੁੰਦਾ ਰਹਿੰਦਾ ਕਿਉਂਕਿ ਹਰ ਇੱਕ ਜਗ੍ਹਾ ਜ਼ਰੂਰੀ ਨਹੀਂ ਕਿ ਉਹਦੇ ਕਹਨੂੰ ਉਦਾਂ ਦਾ ਹੀ ਨਾਮ ਕਰਨ ਜਾਂ ਕੋਈ ਵੀ ਆਰਟਿਸਟ ਦਾ ਬੱਚਾ ਅੱਛਾ ਜਿਵੇਂ ਤੁਸੀਂ ਦੱਸਿਆ ਕਿ ਹੁਣ ਤੁਹਾਡੇ ਫਾਦਰ ਸਾਹਿਬ ਦਾ ਲਿਖਿਆ ਹੋਇਆ ਇਹ ਗਾਣਾ ਆ ਉਹ ਤੁਸੀਂ ਤੁਹਾਡੇ ਸਿੱਧੂ ਬਾਈ ਦੇ ਨਾਲ ਆ ਰਿਹਾ ਹੈ ਤੇ ਬਾਈ ਨੂੰ ਤੁਸੀਂ ਸੁਣਾਇਆ ਹੋਊਗਾ ਬਾਈ ਨੂੰ ਕਿਉਂ ਚੰਗਾ ਲੱਗਿਆ ਬਹੁਤ ਨਹੀਂ ਮੈਂ ਤਾਂ ਇੱਕ ਗੱਲ ਕਹਿਣਾ ਕਿ ਮੈਂ ਮੈਂ ਆਪਾਂ ਤੁਸੀਂ ਕਿਉਂਕਿ ਨਾ ਮੈਂ ਇਹ ਗੱਲ ਦਾ ਤਾਂ ਕਿ ਉਹਦਾ ਆਦਰ ਕਰਨਾ ਚਾਹੀਦਾ ਜਿਸ ਨਾਲ ਮਿਲ ਕੇ ਤੁਹਾਡੀ ਰੂਹ ਖੁਸ਼ ਹੋ ਜੀ ਜਿਸ ਨਾਲ ਸੋ ਮੈਂ ਤੁਸੀਂ ਵੀ ਇੰਨੀ ਦੁਨੀਆ ਆਪਾਂ ਸਾਰੇ ਜੋ ਇੰਟਰਵਿਊ ਦੇਖ ਰਹੇ ਹੋ ਸਾਰੀ ਦੁਨੀਆ ਘੁੰਮੇ ਹੁੰਨੇ ਆਪਾਂ ਨਾ ਸੋ ਸਿੱਧੂ ਬਾਈ ਨੂੰ ਜਦੋਂ ਸਾਡਾ ਨਾ ਮੇਰਾ ਥੋੜਾ ਗੈਪ ਪੈ ਗਿਆ ਸੀ ਮੈਂ ਅਸੀਂ ਗਾਣਾ ਕਰਨਾ ਭੈਣ ਕਹਿੰਦੇ ਸੇ ਬਾਈ ਨੂੰ ਕਿਹਾ ਮੇਰਾ ਸੋ ਬਾਈ ਨੂੰ ਉਹ ਕਹਿੰਦੇ ਫਿਰ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਪਤਾ ਨਹੀਂ ਸੀ ਵੀ ਡੈਡੀ ਦਾ ਗਾਣਾ ਉਹ ਕਹਿੰਦੇ ਮੈਂ ਕਰ ਦਿੰਦਾ ਖੁਦਾ ਦਾ ਗਾਣੇ ਜਿੰਨੇ ਮਰਜ਼ੀ ਵੀ ਕਿਉਂਕਿ ਉਹਦੇ ਮੈਂ ਕਰ ਰਿ ਕਰਨੇ ਸੀਗੇ ਕੰਪਨੀ ਦਾ ਸੋ ਉਹ ਫਿਰ ਇਹ ਗਾਣਾ ਸੁਣਾਇਆ ਉਹ ਇਹ ਪਹਿਲਾਂ ਹੀ ਪਪੂਲਰ ਸੀਗਾ ਗਾਣਾ ਇਹ ਬਾਈ ਗਾਉਂਦੇ ਹੁੰਦੇ ਸੀਗੇ ਕੀ ਨਾਮ ਹੈ ਬਾਈ ਗੁਲਾਬ ਸਿੱਧੂ ਬਾਈ ਗਾਉਂਦੇ ਹੁੰਦੇ ਸੀ ਅੱਛਾ ਹਾਂ ਸੋ ਇਹ ਡੈਡੀ ਦਾ ਗਾਣਾ ਬੜਾ ਸੋਹਣਾ ਸੋ ਇਹ ਗਾਣਾ ਫਿਰ ਉਹਦੇ ਕਰਕੇ ਨਾ ਸੋ ਬਾਈ ਨੂੰ ਪਸੰਦ ਕਰਨਾ ਇਹੀ ਕਰਨੇ ਆ ਫਿਰ ਆਪਾਂ ਇਹੀ ਕਰਦੇ ਆ ਇੱਕ ਦੋ ਹੋਰ ਨੇ ਉਹ ਵੀ ਆਉਣ ਨੇ ਸੋ ਇਹ ਗਾਣਾ ਬੜਾ ਸੋਹਣਾ ਉਹ ਇਨਸ਼ਾਅੱਲਾ ਮੈਂ ਵੀ ਸਾਰਿਆਂ ਨੂੰ ਪਸੰਦ ਆਇਆ ਕੀ ਬਾਤ ਹੈ ਬਲਾਸਟ ਟਾਈਮ ਮੈਨੂੰ ਲੱਗਦਾ ਜਿਹੜਾ ਬਾਈ ਪਹਿਲਾਂ ਬਾਈ ਸਿੰਪਲ ਸੁਪਰ ਜਿਹਾ ਗਾਣਾ ਸੋ ਸਿੱਧੂ ਬਾਈ ਨੇ ਪਹਿਲਾਂ ਅਫਸਾਨਾ ਮੈਂ ਆਪਣਾ ਕੀਤਾ ਸੀਗਾ ਹੁਣ ਬਲਾਸਟ ਜਿਹੜਾ ਖੁਦਾ ਬਖਸ਼ਣਾ ਆਊਗਾ ਹਾਂ ਜਲੇ ਇਨਸ਼ਾਅੱਲਾ ਦੇ ਦੇ ਜੀ ਯਾਰੀ ਬਹੁਤ ਖੂਬ ਬਹੁਤ ਖੂਬ ਅੱਛਾ ਬਾਈ ਇੰਡਸਟਰੀ ਦੇ ਵਿੱਚ ਐਸਾ ਕੀ ਹੈ ਵੀ ਜਿਹੜੇ ਲੋਕ ਨੇ ਨਾ ਕਈ ਵਾਰ ਲੋਕ ਇਸ ਚੀਜ਼ ਤੋਂ ਤੰਗ ਹੋ ਜਾਂਦੇ ਨੇ ਖਾਸ ਕਰਕੇ ਬੌਂਡਿੰਗ ਸਿਸਟਮ ਤੋਂ ਮੈਂ ਸੁਣਿਆ ਕਹਿੰਦੇ ਕਲਾਕਾਰਾਂ ਨੂੰ ਨਾ ਬੌਂਡ ਕਰ ਲਿੱਤਾ ਹੁੰਦਾ ਹੈ ਕੰਪਨੀਆਂ ਜਿਹੜੀਆਂ ਨੇ ਬੌਂਡ ਕਰ ਲੈਂਦੀਆਂ ਨੇ ਚੂਸ ਲੈਂਦੀਆਂ ਨੇ ਖੂਨ ਚੂਸ ਲੈਂਦੇ ਨੇ ਅਸਲ ਜਿਹੜਾ ਕਲਾਕਾਰ ਦਾ ਟੈਲੈਂਟ ਹੁੰਦਾ ਨਾ ਉਹ ਚੂਸ ਲੈਂਦੀਆਂ ਨੇ ਇਹ ਸੱਚ ਹੈ ਗੱਲ ਵੀ ਬੌਂਡ ਕਰਕੇ ਕਲਾਕਾਰਾਂ ਨੂੰ ਉੱਥੇ ਹਰਾ ਦੇ ਬੌਂਡ ਨਾ ਮੈਂ ਜਦੋਂ ਅਮਰੀਕਾ ਅਮਰੀਕਾ ਕਿ ਅਸਲ ਸੀਗੇ ਬੰਬੇ ਸੀਗੇ ਸਾਨੂੰ ਯੂਨੀਵਰਸਲ ਨਾਲ ਬਿਲਕੁਲ ਬੌਂਡ ਹੋ ਗਿਆ ਸੀ ਬੌਂਡ ਦੇ ਵਿੱਚ ਨਾ ਹੁੰਦੇ ਤਾਂ ਇਨਸਾਨ ਹੀ ਨੇ ਜਿਹੜੇ ਬੌਂਡ ਕਰਦੇ ਨੇ ਉਹ ਵੀ ਲੇਕਿਨ ਉਹਨਾਂ ਦੇ ਮਾਈਂਡ ਦੇ ਵਿੱਚ ਕਈ ਸਮ ਟਾਈਮ ਮੈਨੂੰ ਲੱਗਦਾ ਵੀ ਐ ਹੁੰਦਾ ਵੀ ਸਾਡੀ ਮੈਂ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਵੀ ਲਾਈਕ ਆਪਣੇ ਅੰਦਰ ਹੀ ਮੈਂਟੈਲਿਟੀ ਹੋ ਜਾਂਦੀ ਵੀ ਮੈਂ ਕੰਪਨੀਆਂ ਵੀ ਮੇਰੇ ਅੰਡਰ ਆ ਗਿਆ ਜਾਂ ਸੋ ਮੇਰੇ ਹਸਾਮ ਨਾਲ ਇਹ ਜਾਂ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਜੇ ਕੋਈ ਤੁਹਾਡੇ ਅੰਡਰ ਆ ਤਾਂ ਉਹਨੂੰ ਹੋਰ ਗਰੋ ਕਰੋ ਠੀਕ ਹੈ ਜੇ ਸਮ ਟਾਈਮ ਜੇ ਉਹ ਕੁਝ ਪੈਸਾ ਕਮਾ ਰਿਹਾ ਤੇ ਆਬਸਲੀ ਕੰਪਨੀ ਦਾ ਵੀ ਹੁੰਦਾ ਉਹਦੇ ਵਿੱਚ ਹੱਕ ਜਿੰਨਾ ਕਿ ਉਹਨਾਂ ਦਾ ਬਣਦਾ ਉਹ ਲਓ ਤੁਸੀਂ ਆਦਰਵਾਇਜ਼ ਇੱਕ ਟੀਮ ਵਰਕ ਕਰਨਾ ਚਾਹੀਦਾ ਔਰ ਇੱਕ ਬੜਾਵਾ ਦੇਣਾ ਚਾਹੀਦਾ ਕੋਈ ਵੀ ਆ ਉਹਦੇ ਵਿੱਚ ਉਹਨਾਂ ਨੂੰ ਵੀ ਫਾਇਦਾ ਚੱਲ ਜੇ ਕੱਲ ਨੂੰ ਹੋਰ ਅੱਗੇ ਜਾਂਦਾ ਤਾਂ ਉਹਨਾਂ ਦਾ ਤਾਂ ਹਿੱਸਾ ਬਣਦਾ ਹੀ ਆ ਸੋ ਇਹ ਨਹੀਂ ਕਿ ਯਾਰ ਇਹ ਗਲਤ ਹੋ ਜਾਂਦਾ ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਵੀ ਮੈਂ ਵੈਸੇ ਗੱਲ ਕਰ ਰਿਹਾ ਕਿ ਜੇ ਸਮ ਟਾਈਮ ਕਿਸੇ ਨੂੰ ਇਦਾਂ ਹੋਵੇ ਵੀ ਹੁਣ ਇਹਦਾ ਟਾਈਮ ਆ ਤੇ ਇਹਨੂੰ ਹੁਣ ਐ ਕਰ ਲੋ ਉਹ ਮਾੜੀ ਗੱਲ ਆ ਉਹ ਉਹ ਗਲਤ ਗੱਲ ਹੋ ਜਾਂਦੀ ਆ ਕਿਤੇ ਕਿਤੇ ਯੂਜ਼ ਯੂਜ਼ ਵਾਲੀ ਕੰਮ ਗਲਤ ਆ ਕਿਸੇ ਨੇ ਜੇ ਟਾਈਮ ਆ ਤੁਹਾਨੂੰ ਇਹ ਕਦੇ ਵੀ ਇਹਦਾ ਹੋਰ ਵੀ ਹੋਵੇ ਯਾਰ ਬਟ ਇਦਾਂ ਦੀ ਹੌਪਸਲੀ ਲੋਕ ਮਿਲਣਾ ਪਰ ਔਖਾ ਹੋ ਜਾਂਦਾ ਸਮ ਟਾਈਮ ਸੋ ਜੇ ਕਿਸੇ ਨਾਲ ਹੋਇਆ ਤੇ ਜੇ ਗੱਲ ਉੱਡੀ ਆ ਤੇ ਖੋ ਵੀ ਸਕਦਾ ਬਟ ਮਾੜਾ ਮਟਾ ਹੋ ਜਾਂਦਾ ਹੁਣਾਂ ਧੱਕਾ ਵੱਖਾ ਜੀ ਹੁਣ ਤੁਸੀਂ ਫਾਦਰ ਸਾਹਿਬ ਦਾ ਜ਼ਿਕਰ ਕੀਤਾ ਕਿ ਫਾਦਰ ਸਾਹਿਬ ਦਾ ਤੁਹਾਡਾ ਗਾਣਾ ਫਾਦਰ ਸਾਹਿਬ ਦਾ ਗਾਇਆ ਹੋਇਆ ਜਿਹ ਫਾਦਰ ਸਾਹਿਬ ਦੇ ਉਹ ਪਲਾਂ ਦੀ ਕੋਈ ਯਾਦ ਹੋਊਗੀ ਐਸੀ ਵੀ ਜਿਹੜੀ ਕੋਈ ਡਾਂਟ ਹੋਊਗੀ ਜਿਹੜੀ ਤੁਹਾਨੂੰ ਅੱਜ ਵੀ ਕੋਈ ਵੀ ਨਹੀਂ ਨਹੀਂ ਮੈਂ ਬਾਈ ਜੀ ਹਾਂ ਹੈਗੀ ਇੱਕ ਦਿਨ ਵੀ ਜਿਹੜੀ ਤੁਹਾਡੇ ਅੱਜ ਵੀ ਤੁਸੀਂ ਯਾਦ ਕਰਦੇ ਹੋਗੇ ਵੀ ਯਾਰ ਵੀ ਉਹ ਝਿੜਕੇ ਆ ਉਹ ਉਹ ਪਲ ਮੈਨੂੰ ਅੱਜ ਵੀ ਯਾਦ ਨੇ ਨਹੀਂ ਨਹੀਂ ਹੁੰਦੇ ਨੇ ਕਾਫੀ ਪਲ ਲੇਕਿਨ ਮੈਂ ਬਾਦਨਸੀ ਵੀ ਮੰਨਦਾ ਕਿ ਮੈਂ ਬੜਾ ਛੋਟਾ ਸੀ 5 6 ਸਾਲ ਦਾ ਸੀ ਸੋ 4 5 6 ਸਾਲ ਦਾ ਮੇਰੇ ਡੈਡੀ ਡੈਥ ਹੋ ਗਈ ਸੀ ਸੋ ਮੈਨੂੰ ਇਹਨਾਂ ਯਾਦ ਨਹੀਂ ਐਸੇ ਸੁਪਨੀ ਤਰ੍ਹਾਂ ਯਾਦ ਲੇਕਿਨ ਮੈਨੂੰ ਇੱਕ ਵਾਰੀ ਯਾਦ ਹੈ ਮੇਰੇ ਘੁੱਟ ਬਹੁਤ ਪਈ ਸੀ ਇੱਥੇ ਬਟੰਡੇ ਵਾਲੇ ਅੱਡੇ 'ਚ ਸੋ ਮਾਂ ਆਪਦੀ ਸੋ ਪਾਪਾ ਥੋੜੇ ਘਰਮ ਹੋ ਗਏ ਬਹੁ ਪਈਆ ਬਰੋ ਫਿਰ ਮੈਂ ਪੂਆ ਦਾ ਪਿੰਡ ਸੀਗਾ ਉੱਥੋਂ 45 ਕਿਲੋਮੀਟਰ ਦਾ ਮਾ ਉਹ ਸੌਂ ਗਿਆ ਨਿਆਰੇ ਨਾਲ ਉੱਥੇ ਠਾਇਆ ਮੈਨੂੰ ਧੱਕੇ ਨਾਲ ਉਹਨਾਂ ਨੇ ਵੀ ਉੱਠ ਖੜ ਪਿੰਡ ਆ ਗਿਆ ਸੋ ਬਾਪੂ ਦੀ ਅਫਸਾਨਾਦੀ ਨੂੰ ਅਫਸਾਨਾਦੀ ਨੇ ਜਿੰਨੀ ਸੇਵਾ ਕੀਤੀ ਹੈ ਫਾਦਰ ਸਾਹਿਬ ਦੀ ਕਿਉਂਕਿ ਉਹ ਮੇਰੇ ਤੋਂ ਵੱਡੇ ਨੇ ਸੋ ਫਾਦਰ ਸਾਹਿਬ ਦੀ ਬਹੁਤ ਉਹਨਾਂ ਨੇ ਸੇਵਾ ਕੀਤੀ ਥੋੜੇ ਬਿਮਾਰ ਹੋ ਗਏ ਸੀ ਤੋਂ ਅੱਜ ਉਹ ਫਲ ਆ ਇਹਨਾਂ ਦਾ ਸਾਰਿਆਂ ਦਾ ਆ ਲੇਕਿਨ ਮੈਂ ਮੈਨੂੰ ਡਾਂਟ ਵੀ ਪੈਂਦੀ ਪਿਆਰ ਵੀ ਸੀ ਕਿਉਂਕਿ ਮੈਂ ਪੰਜਾਂ ਤੋਂ ਬਾਅਦ ਹੋਇਆ ਵੀਰੇ ਸੋ ਸਾਰੇ ਸਾਡੇ ਸਾਡੇ ਸਾਰੇ ਪਿੰਡ ਨਹੀਂ ਸਮਝ ਲੋਦੇ ਪਿੰਡੇ ਨ ਸੋ ਸਾਨੂੰ ਨਹੀਂ ਪਤਾ ਲੱਗਦਾ ਸੀ ਵੀ ਤਾਂ ਹੀ ਨਾਮ ਖੁਦਾਬਖਸ਼ ਰੱਖਿਆ ਮੇਰੇ ਦਾਦਾ ਜੀ ਵੀ ਫਕੀਰੀ ਮਤ ਰੱਖਦੇ ਸੀ ਸੋ ਉਹਨਾਂ ਕਰਕੇ ਸਾਰਾ ਕੁਝ ਆਇਆ ਅੱਛਾ ਜੀ ਮੈਂ ਖੁਦਾਬਈ ਨਾਮ ਦੀ ਗੱਲ ਕਰਾਂ ਨਾਮ ਜਿਵੇਂ ਖੁਦਾਬਖਸ਼ ਹੈ ਇੱਕ ਬਖਸ਼ ਤਾਂ ਮਿਲੀ ਹੋਈ ਹੈ ਗਾਇਕੀ ਚਲੋ ਜੇ ਗਾਇਕੀ ਤੋਂ ਇਲਾਵਾ ਮੈਂ ਗੱਲ ਕਰਾਂ ਹੋਰ ਕਿਹੜੇ ਕਿਹੜੇ ਹੌਬੀਜ਼ ਨੇ ਹੋਰ ਕਿਹੜੇ ਕਿਹੜੇ ਬਾਕੀ ਮੈਨੂੰ ਮਿਲੀਆਂ ਮੈਂ ਸਹੀ ਦੱਸਦੇ ਮੈਂ ਸਾਰਾ ਕੁਝ ਉਹ ਬੈ ਕਰ ਦਿਖਾਇਆ ਨਹੀਂ ਹੁਣੋਂ ਸ਼ਾਇਦ ਇੰਸਟਾ ਤੇ ਥੋੜਾ ਜਿਹਾ ਪਾਉਣ ਲੱਗਾਂ ਸਾਰਾ ਕੁਝ ਕਰ ਲੈਨੇ ਜੀ ਪਲੇਇੰਗ ਵੀ ਮੈਨੂੰ ਬੜੀ ਲੱਗਦੀ ਬਾਸਕਟਬਾਲ ਮੈਂ ਬੜੀ ਖੇਡ ਲੈ ਡਾਂਸ ਵਗੈਰਾ ਜਾਂ ਪੰਗੜਾ ਸਾਰਾ ਕੁਝ ਕਰ ਲਈਦਾ ਹੈ। ਕੀ ਬਾਤ ਹੈ। ਅੱਛਾ ਆਉਣ ਵਾਲੇ ਕਿਹੜੇ ਕਿਹੜੇ ਪ੍ਰੋਜੈਕਸ਼ਨ ਨੇ ਬਾਈ ਹੁਣ ਆਪਣੇ? ਹੁਣ ਆਉਣ ਵਾਲੇ ਜੀ ਇੱਕ ਬੱਬੂ ਬਰਾੜ ਬਾਈ ਨਾਲ ਆ ਰਿਹਾ, ਇੱਕ ਬਾਂਟੀ ਬੈਂਸ ਬਾਈ ਨਾਲ ਆ ਰਿਹਾ ਜੀ। ਉਹਨਾਂ ਦੀ ਉਹਨਾਂ ਦੀ ਕੰਪਨੀ ਤੇ ਆ ਰਿਹਾ। ਸੋ ਭੈਣ ਵਾਲੀ ਇਹਨਾਂ ਨੇ ਇੱਕ ਤਾਂ ਹੁਣੇ ਆ ਜਾਣਾ 4-5 ਦਿਨਾਂ ਚ। ਔਰ ਬਸ ਇਸ ਇਸ ਮਹੀਨੇ ਦੇ ਵਿੱਚ ਆ ਜਾਣਾ 2 ਦਿਨ। ਉਸ ਤੋਂ ਬਾਅਦ ਇੱਕ ਹੋਰ ਬਸ ਐਦਾ ਬਣੀ ਜਾਂਦੇ ਜਿੱਦਾਂ ਵੀ। ਹਾਂ। ਹਾਂ ਜੀ। अच्छा अफसाना मैम ਉਹਨਾਂ ਨਾਲ ਕੋਈ ਐਸਾ ਪਲ ਹੋਵੇ ਜਿਹੜਾ ਤੁਹਾਨੂੰ ਲੱਗਦਾ ਵੀ ਜਿਹੜਾ ਆ ਚੀਜ਼ ਬੜੀ ਮੈਨੂੰ ਬਾਰ-ਬਾਰ ਯਾਦ ਆਉਂਦੀ ਕੋਈ ਐਸੀ ਝਿੜਖੋ ਹੋਵੇ ਕੋਈ ਐਸੀ ਸ਼ਰਾਰਤ ਕੀਤੀ ਹੋਵੇ ਤੁਸੀਂ ਇਕੱਠਿਆਂ ਨੇ ਘਰ ਦੇ ਵਿੱਚ ਜਿਹੜੀ ਤੁਹਾਨੂੰ ਦੋਵਾਂ ਨੂੰ ਇਕੱਠੇ ਨੂੰ ਡਾਂਡ ਪੈ ਗਈ ਹੋਵੇ ਅਫਸਾਨਾ ਦੀ ਹਾਂ ਨਹੀਂ ਐਕਚੁਅਲੀ ਮੈਨੇ ਨਾ ਅੱਜ ਬਚਪਨ ਦੇ ਵਿੱਚ ਆਦਤ ਸੀ ਮੈਂ ਬਸ ਕੱਲਾ ਹੀ ਬੈਠਾ ਖੇਡੀ ਜਾਂਦਾ ਸੀ ਯਾਰ ਸੋ ਬਾਈ ਯਾਰ ਜੇ ਸਹੀ ਦਸੀ ਤਾਂ ਛੇਤਰ ਬਹੁ ਪੈਂਦੇ ਸਾਡੇ ਮੰਮੀ ਤੋਂ ਸਾਡੇ ਹਣਾ ਪੈ ਜਾਂਦੇ ਸੀ ਕਿਉਂਕਿ ਮਮਾ ਵਿਚਾਰੇ ਨੇ ਕੰਮ ਬੋੜਾ ਕੀਤਾ ਜਦੋਂ ਬਾਹਰ ਬੂਰ ਜਾਵੜ ਦੇ ਕੰਮ ਕਰਨ ਜਿਵੇਂ ਸਾਡੇ ਸੀਐਮ ਸਾਹਿਬ ਦੇ ਘਰ ਜਾਂਦੇ ਸੀ ਜਾਂ ਇਧਰ ਵੀ ਹਣਾ ਉਹ ਘਰੇ ਆਉਂਦੇ ਤਾਂ ਆਪਣੀ ਆਤ ਨੂੰ ਦੇਖ ਕੇ ਫਿਰ ਆਪਾਂ ਲੜਾਈ ਲੋੜੀ ਕਰ ਲੈਨੇ ਘਰੇ ਅਸੀਂ ਪੰਜ ਛੇ ਜਾਣੇ ਸੀ ਮੈਂ ਛੇ ਪੰਜ ਭੈਣਾਂ ਤੇ ਛੋਟਾ ਮੈਂ ਸੋ ਮੈਂ ਨਾਲ ਲੜਿਆ ਨਹੀਂ ਭੈਣ ਨਾਲ ਬਟ ਹਾਂ ਇੱਕ ਵਾਰੀ ਪਚਾਉਂਦਾ ਪਚਾਉਂਦਾ ਮੈਂ ਛੱਤਰਖਾ ਬੈਠਾ ਲੜਾਈ ਕਿਸੇ ਹੋ ਰਹੀ ਤੇ ਮਮਮੀ ਇਹਦੀ ਗਲਤੀ ਨਹੀਂ ਉਹ ਫਿਰ ਕਹਿੰਦੇ ਤੇਰੀ ਹੋਣੀ ਜਾਂ ਮੈਨੂੰ ਸੱਟ ਲਿਆ ਭਰਾਵਾ ਸੋ ਐਦਾਂ ਦਾ ਮਤਲਬ ਪੰਜਾਬੀ ਦੇ ਵਿੱਚ ਆਪਣੇ ਛੱਤਰ ਤਾਂ ਉਹ ਵੀ ਪਈ ਜਾਂਦੇ ਵਧੀਆ ਹੁੰਦੇ ਨੇ ਉਹ ਮੈਂ ਇਹਨਾਂ ਛੱਤਰ ਪੈ ਗਈ ਬੰਦਾ 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 ਬਣ ਜਾਂਦਾ ਜੀ ਹਾਂ ਔਰ ਵਧੀਆ ਚਲੋ ਵਧੀਆ ਗੱਲ ਆ ਜੀ ਕੋਈ ਗੱਲ ਨਹੀਂ ਅੱਛਾ ਖੁਦਾ ਭਾਈ ਜਿਵੇਂ ਬਾਲੀਵੁੱਡ ਦੇ ਵਿੱਚ ਤੁਸੀਂ ਇੱਕ ਗਾਣਾ ਵੀ ਗਾਇਆ ਸੀਗਾ ਜਦ ਇੰਡੀਅਨ ਆਈਡਲ ਦੇ ਵਿੱਚ ਸੀਗਾ ਨਾ ਤੁਸੀਂ ਇੱਕ ਗਾਣਾ ਬਹੁਤ ਥੋੜਾ ਜਜਜਿਸ ਨਹੀਂ ਬਹੁਤ ਸਰਾਇਆ ਸੀਗਾ ਲਾਈਵ ਹੀ ਨਾ ਗਈ ਤੇ ਨਹੀਂ ਭਾਈ ਵੀ ਨਾ ਗਈ ਮੈਂ ਚਾਹਣਾ ਦ ਸਦਰਾਂ ਉਹਦੀਆਂ ਜ਼ਰੂਰ ਹੋਣਗੀਆਂ ਕਿ ਉਹ ਚੀਜ਼ ਬਹੁਤ ਕੀਲ ਦੀ ਸੀ ਲੋਕਾਂ ਨੂੰ ਜੱਜਸ ਨੂੰ ਵੀ ਕੀਲਿਆ ਮੈਂ ਚਾਹੁੰਦਾ ਹੁਣ ਦਰਸ਼ਕ ਵੀ ਜ਼ਰੂਰ ਸੁਣਨਾ ਚਾਹੁੰਗੇ ਜੀ ਥੈਂਕ ਯੂ ਔਰ ਗਾਣੇ ਨੂੰ ਬਹੁਤ ਪਿਆਰ ਦਿੰਦਾ ਔਰ ਮੈਂ ਦੋ ਗਾਣੇ ਸੁਣਾਉਣਾ ਆਂ ਜੀ ਵੀਰੇ ਹੂੰ ਆ ਨਾ ਹੋ ਮੇਰੀ ਸੋਚ ਵੀ ਸੋਚਾਂ ਵਿੱਚ ਪੈ ਗਈ ਤੇ ਮੈਂ ਸੋਚ ਸੋਚ ਕੇ ਹਾਰ ਗਿਆ ਕਿਹੜੇ ਪਾਸੇ ਜਾ ਮੈਂ ਹੁਣ ਮੈਂ ਤੇ ਦਿਲ ਨੂੰ ਇਹੋ ਰੋਗ ਹੀ ਮਾਰ ਗਿਆ ਇੱਕ ਪਾਸੇ ਮੇਰਾ ਰੱਬ ਆਬਤ ਤੇ ਦੂਜੇ ਪਾਸੇ ਯਾਰੇ ਸਮਝ ਨਹੀਂ ਆਉਂਦੀ ਕਿੱਧਰ ਜਾਵਾਂ ਫਸ ਮੈਂ ਅਦ ਵਿੱਚ ਘਰ ਗਿਆ ਹੋ ਲਈ ਵਿਨਾ ਗਈ ਤੇ ਨਿਭਾਈ ਵਿਨਾ ਗਈ ਹੋ ਮੇੜੇ ਮਾਰਦਾ ਜਹਾਂ ਮੈਨੂੰ ਸਾਰਾ ਤੇਰੀ ਮੇਰੀਆਂ ਟੁੱਟ ਗਈ ਸੋਣੀਏ ਓ ਜਿਵੇਂ ਟੁੱਟਿਆ ਵਰਤੋਂ ਤਾਹਰਾ ਹੋ ਸਚਾਰਾ ਬਰਾਖਾ ਮੂਮੋੜ ਜਾਣ ਵਾਲੀਏ ਦਿਲ ਲੈ ਕੇ ਮੇਰਾ ਹੋ ਦਿਲ ਤੋੜੇ ਜਾਣ ਵਾਲੀਏ ਤੋੜੇ ਜਾਣ ਵਾਲੀਏ ਹਾਏ ਦਿਲ ਮਿਲ ਕੇ ਵਿਛੜ ਗਿਆ ਯਾਰਾ ਤੇਰੀ ਮੇਰੀਆਂ ਟੁੱਟ ਗਈ ਸੋਣੀਏ ਉਹ ਜਿਵੇਂ ਟੁੱਟਿਆ ਅੰਬਰ ਤੋਂ ਤਾਰਾ ਥੈਂਕ ਯੂ ਸਰ ਸੱਚੀ ਮੈਂ ਦਰਅਸਲ ਤੇ ਮੈਂ ਸੱਚੀ ਦੀ ਗੱਲ ਕਰਾ ਨਾ ਅਗਲੇ ਜਿਹੜੇ ਸਵਾਲ ਪੁੱਛਣੇ ਸੀ ਮੈਂ ਉਹ ਵੀ ਭੁੱਲ ਗਿਆ ਹਾਂ ਜੀ ਨਾ ਮਤਲਬ ਕਿ ਲੀਨ ਹੀ ਹੋ ਗਿਆ ਤੁਹਾਡੀ ਗਾਇਕੀ ਦੇ ਵਿੱਚ ਬਹੁਤ ਸੋਹਣਾ ਗਾਇਆ ਵੀਰੇ ਕਿਉਂਕਿ ਮੈਂ ਜਦ ਇੰਡੀਅਨ ਆਈਡਲ ਦੇ ਵਿੱਚ ਸੁਣਿਆ ਸੀ ਇਹ ਜਦ ਜਦ ਵੀ ਕੀ ਲਿਆ ਗਿਆ ਸੀ ਪਰ ਹੁਣ ਜਦ ਲਾਈਵ ਸੁਣਿਆ ਮੈਂ ਮੈਂ ਸੱਚੀ ਦੱਸਾਂ ਮੈਂ ਦਰਸ਼ਕਾਂ ਨੂੰ ਵੀ ਦੱਸਦਾ ਮੈਂ ਮੈਂ ਅਗਲੇ ਸਵਾਲ ਜਿਹੜੇ ਪੁੱਛਣੇ ਸੀ ਮੈਂ ਉਹ ਭੁੱਲ ਗਿਆ ਪਰ ਮੈਂ ਹੁਣ ਬਿਲਕੁਲ ਨਾਰਮਲ ਚੱਲੂੰਗਾ ਬਹੁਤ ਸੋਹਣਾ ਗਾਉਨੇ ਹੋ ਵੀਰੇ ਥੈਂਕ ਯੂ so much ਅੱਛਾ ਵੀਰੇ ਇੱਕ ਜ਼ਿਕਰ ਮੈਂ ਜ਼ਰੂਰ ਕਰੂੰਗਾ ਜਿਵੇਂ ਅਫਸਾਨਾ ਜੀ ਹੁਣੀ ਹਿੱਟ ਹੋਏ ਫਰਕ ਪੈਂਦਾ ਭਾਈ ਪਰਿਵਾਰ ਦੇ ਵਿੱਚ ਜਿਵੇਂ ਕਿ ਪਰਿਵਾਰ ਦਾ ਜੇ ਇੱਕ ਜੀ ਹਿੱਟ ਹੋ ਜੇ ਬਾਕੀਆਂ ਦੇ ਉੱਤੇ ਬਾਕੀ ਫੈਮਿਲੀ ਮੈਂਬਰਸ ਦੇ ਲਈ ਪੂਰਾ ਭਾਈ ਜੀ ਇਹਦਾ ਆਪਣਾ ਜਦੋਂ ਕਿਉਂਕਿ ਫਿਰ ਉਹਦੇ ਕਿਹਨੂੰ ਹਾਥੀ ਦੇ ਪੈੜਸ ਵਿੱਚ ਸਾਰੇ ਹੀ ਆ ਜਾਂਦੇ ਹੁੰਦੇ ਨਾ ਸੋ ਆਪਣਾ ਇੱਕ ਬੰਦਾ ਹੀ ਬਹੁਤ ਹੁੰਦਾ ਲੇਕਿਨ ਟੈਲੈਂਟਡ ਸਾਰੇ ਹੀ ਨਹੀਂ ਬਟ ਜਿਹੜਾ ਜਿੰਨਾ ਮਿਹਨਤ ਦੀ ਨੇ ਦੀ ਦੀ ਮਿਹਨਤ ਬਹੁਤ ਜ਼ਿਆਦਾ ਹੈ ਕਿਸੇ ਨੂੰ ਪਤਾ ਨਹੀਂ ਹੁੰਨੀ ਬਿਕਾਜ਼ ਮੈਂ ਬੜਾ ਮੈਂ ਤਾਂ ਛੋਟਾ ਹਾਂ ਨਾ ਤੋਂ ਔਰ ਸਾਡੇ ਪਰਿਵਾਰ ਸਾਰੇ ਹੀ ਹੁੰਦੇ ਨਹੀਂ ਬਟ ਸਟਾਰਟਿੰਗ ਦੇ ਵਿੱਚ ਦੀ ਨੇ ਸਟਾਰਟ ਕੀਤਾ ਪ੍ਰੋਫੈਸ਼ਨਲ ਸੋ ਦੀ ਨੇ ਬੜਾ ਬਹੁਤ ਸਟਰਗਲ ਕੀਤਾ ਜਿਹਨੇ ਲੋਕ ਕਹਿੰਦੇ ਨੇ ਰਾਤੋ ਰਾਤ ਹਿੱਟ ਹੋ ਗਏ ਨਾ ਇਹ ਤਾਂ ਬਸ ਬਹਿਮ ਹੁੰਦਾ ਚਲੋ ਉਹਨਾਂ ਦੀ ਕਿਉਂਕਿ ਮਤਲਬ ਪਹਿਲੇ ਕਹਿੰਦਾ ਆਪਣੇ ਆਪਣੀ ਸੋਚ ਦੇ ਮਾਲਕ ਨੇ ਸਾਰੇ ਸੋ ਆਪਾਂ ਪਹਿਲੀ ਗੱਲ ਤਾਂ ਜੱਜ ਹੀ ਨਹੀਂ ਕਰਨੀ ਚਾਹੀਦੀ ਆਪਾਂ ਜਾਣਦੇ ਨਹੀਂ ਕਿਸੇ ਨੂੰ ਸੋ ਆਪਾਂ ਐਂਟਰਟੇਨਮੈਂਟ ਲਈ ਆਪਾਂ ਸਾਰੀ ਹੈ ਨਾ ਕਲਾਕਾਰ ਜੋ ਜੋ ਵੀ ਹੈ ਸੋ ਆਪਾਂ ਨੂੰ ਬਸ ਉੱਥੋਂ ਤੱਕ ਹੀ ਦੇਖਿਆ ਜਾਵੇ ਸੋ ਅਗਰ ਇੱਕ ਦਿਨ ਦੇ ਵਿੱਚ ਸਟਾਰ ਨਹੀਂ ਬਣ ਸਕਦਾ ਕੋਈ ਵੀ ਔਰ ਦੀ ਦਾ ਬਹੁਤ ਟਾਈਮ ਦਾ ਸਟਰਗਲ ਹੈ ਦੀ ਨੇ ਬਹੁਤ ਤੁਸੀਂ ਪੁਰਾਣੇ ਗਾਣੇ ਕਟੋ ਬਹੁਤ ਟਾਈਮ ਦਾ ਕਰਿਆ ਸੋ ਉਹਦੇ ਨਾਲ ਫਰਕ ਜ਼ਰੂਰ ਪੈਂਦਾ ਕਿਉਂਕਿ ਸਮ ਟਾਈਮ ਕਈਆਂ ਨੂੰ ਇਹ ਨਹੀਂ ਪਤਾ ਕਿ ਐਸੇ ਪਸਾਨਾ ਦੀ ਔਰ ਖੁਦਾਬਖਸ਼ ਭਰਾ ਨੇ ਕਈਆਂ ਨੂੰ ਬਹੁਤ ਨਹੀਂ ਪਤਾ ਕਿਉਂਕਿ ਪਤਾ ਨਹੀਂ ਕਿੱਦਾਂ ਨਹੀਂ ਪਤਾ ਡਿਫਰੈਂਟ ਰਹੇ ਹੈ ਜਾਂ ਕੁਝ ਵੀ ਸੋ ਅਸੀਂ ਭੈਣ ਭਾਈਆਂ ਜੀ ਸਕੇ ਜਾਂ ਜਾਵਾਂ ਔਰ ਬਸ ਇਦਾਂ ਦਾ ਕਰਕੇ ਦੀ ਦਾ ਭੈਣ ਭਾਈ ਚਾਰ ਭੈਣਾਂ ਦਾ ਕੱਲਾ ਪੰਜ ਭੈਣਾਂ ਦਾ ਕੱਲਾ ਭਰਾ ਹਾਂਜੀ ਹਾਂਜੀ ਸੋ ਦੀ ਦੇ ਜਿੱਦਾਂ ਜਿੱਦਾਂ ਰੀਚ ਵੱਧਦੀ ਹੈ ਸੋ ਬਹੁਤ ਅਸੀਂ ਵੀ ਨਾਲ-ਨਾਲ ਸਾਰੇ ਸਾਨੂੰ ਵੀ ਰੈਕਗਨਾਈਜ਼ ਕਰ ਰਹੇ ਨੇ ਲੋਕ ਜਾਣ-ਪਛਾਣ ਜਿੰਨੀ ਕੀ ਸੀਗੀ ਉਸ ਤੋਂ ਵੱਧ ਦੀ ਹੈ ਘਟਦੀ ਨਹੀਂ ਸੋ ਹਨਾ ਸਾਰੇ ਬਹੁਤ ਫਰਕ ਪੈਂਦਾ ਮਾਲਕ ਉਹਨਾਂ ਦੇ ਬਹੁਤ-ਬਹੁਤ ਮੇਰ ਕਰਨ ਸਟਰਗਲ ਕੀਤਾ ਔਰ ਬਹੁਤ ਅਜੇ ਤਾਂ ਸਟਾਰਟਿੰਗ ਹੈ ਜੀ ਬਹੁਤ ਅੱਗੇ ਜਾਣਾ ਅੱਛਾ ਸਮਾਜ ਦੇ ਵਿੱਚ ਵਿਚਰਦੇ ਆ ਵੀਰੇ ਜਾਂਦੇ-ਜਾਂਦੇ ਆਪਾਂ ਇੱਕ ਸਵਾਲ ਜ਼ਰੂਰ ਕਰਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਪੂਰਾ ਜ਼ੋਰਾਂ ਤੇ ਹੈ ਸਰਕਾਰ ਜਿਹੜੀ ਹੈ ਪਿਗਲਣ ਦਾ ਨਾਂ ਨਹੀਂ ਲੈ ਰਹੀ ਕੀ ਲੱਗਦਾ ਵੀ ਸਰਕਾਰ ਦੇ ਮਨ ਦੇ ਵਿੱਚ ਕੀ ਹੈ ਵੀ ਉਹਨਾਂ ਨੂੰ ਉਹ ਬਜ਼ੁਰਗਾਂ ਦਾ ਦਰਦ ਹੀ ਨਹੀਂ ਦਿਖ ਰਿਹਾ ਵੀ ਜਿਹੜੇ ਠੰਡ ਵੀ ਨੰਗਾਤੀ ਪੂਰੇ ਹੋਣ ਗਰਮੀਆਂ ਚ ਲੰਣ ਵਾਸਤੇ ਵੀ ਉੱਥੇ ਬੈਠੇ ਨੇ ਨਹੀਂ ਮਨੇ ਮੈਂ ਇਹੀ ਗੱਲ ਅਸੀਂ ਕਰਦੇ ਰਿਹਾ ਕਿਉਂਕਿ ਨਾ ਮੈਂ ਆਪਾਂ ਚਲ ਬੇਸ਼ੱਕ ਸਾਡੇ ਕੋਲੇ ਆਪਣੇ ਕਈਆਂ ਕੋਲੇ ਪੈਲੀ ਨਹੀਂ ਵੀ ਹੁੰਦੀ ਬੇਸ਼ੱਕ ਉਹਨਾਂ ਕੋਲ ਹੈ ਨਹੀਂ ਪਰ ਸਾਡੇ ਪੰਜਾਬ ਦੀ ਪਹਿਚਾਨ ਨਾ ਜੋ ਖੇਤੀ ਕਰਕੇ ਹੈ ਆਪਣੇ ਪੰਜਾਬ ਦੀ ਪਹਿਚਾਨ ਸੋ ਮੈਂ ਤਾਂ ਇਹੀ ਕਹਿਣਾ ਕਿ ਮੈਂ ਇਸ ਪਹਿਲਾਂ ਵੀ ਅਸੀਂ ਗੱਲ ਕੀਤੀ ਜਿੰਨੀ ਕੀ ਆਪਣੀ ਸਮਝ ਔਕਾਤ ਹੈ ਸੋ ਮੇਰੇ ਸਾਹਮਣੇ ਵਾਲਾ ਇੱਜ਼ਤ ਨੂੰ ਹੱਥ ਵਾਲਾ ਕੰਮ ਹੋ ਜਾਂਦਾ ਕਿਉਂਕਿ ਆਪਣੀ ਇੱਜ਼ਤ ਹੀ ਖੇਤੀ ਹੈ ਜੀ ਸੋ ਜੇ ਸਰਕਾਰ ਦੀ ਗੱਲ ਕਰੀਏ ਮੇਰੇ ਸਾਹਮਣੇ ਲੱਗਦਾ ਵੀ ਅੱਜ ਤੋਂ ਪਹਿਲਾਂ ਜੇ ਆਪਾਂ 10 ਸਾਲ ਪਹਿਲਾਂ ਲੱਗੇ ਜੇ ਜ਼ਿੰਦਗੀ ਵਧੀਆ ਚੱਲ ਚੱਲ ਰਹੀ ਸੀ ਮਾੜੇ ਮੋٹے ਸ਼ਿੰਗਾਰਸ ਹੁੰਦੇ ਆ ਠੀਕ ਹੈ ਸੋ ਅਬ ਇਹ ਜਿਹੜੇ ਰੂਲ ਪਾਸ ਕਰਨ ਨਾਲ ਕੋਈ ਜ਼ਿਆਦਾ ਮੈਨੂੰ ਲੱਗਦਾ ਨਹੀਂ ਵੀ ਕੋਈ ਐਵੇਂ ਇਹਦਾ ਆਪਦੀ ਬਿਨਾਂ ਗਲਤੀ ਸਿਆਣਪ ਵਰਤੇ ਦੀ ਹੈ ਸਰਕਾਰ ਕਈ ਵਾਰ ਜਦੋਂ ਕਿਉਂਕਿ ਨਾ 2-3 ਬਿੱਲ ਪਾਸ ਕਰਤੇ ਉਹਨਾਂ ਨੇ ਉਹਦੇ ਕਰਕੇ ਸ਼ਾਇਦ ਮੈਂ ਨਹੀਂ ਕਹਿੰਦਾ ਵੀ ਉਹ ਐ ਲੇਕਿਨ ਇੱਕ ਖੇਤੀ ਦੇ ਵਿੱਚ ਆਪਣੀ ਪਛਾਣ ਹੀ ਖੇਤੀ ਕਰਕੇ ਆ ਇੰਨੀ ਤੁਸੀਂ ਅਸੀਂ ਪਿੰਡਾਂ ਚ ਜਾਂਦੇ ਆ ਕਈ ਸਾਡੇ ਉਤਾਏ ਚਾਚੇ ਨੇ ਵਿੱਚ ਆ ਪਿੰਡ ਵਾਲੇ ਹਜੇ ਵੀ ਮੈਂ ਦੇਖਦਾ ਟਰੈਕਟਰ ਤੇ ਸਵੇਰ ਸਵੇਰ ਜਾਂਦੇ ਵਿਚਾਰੇ ਕਿ ਸਾਈਕਲਾਂ ਤੇ ਜਾਂਦੇ ਇੰਨੀ ਮਿਹਨਤ ਮਿੱਟੀ ਨਾਲ ਮਿੱਟੀ ਹੁੰਦੀ ਆ ਸੋ ਉਹਨੂੰ ਅਗਲੇ ਤੋਂ ਖੋਣ ਹੀ ਜੀ ਇਹ ਬਹੁਤ ਔਖੀ ਗੱਲ ਆ ਔਰ ਆਪਣੇ ਤਾਂ ਵਟ ਵਟ ਪਿੱਛੇ ਵਾਲਾ ਤੁਹਾਨੂੰ ਪਤਾ ਸਾਰਾ ਕੁਝ ਹੋ ਜਾਂਦਾ ਨਾ ਬਟ ਇਹ ਆ ਕਿ ਗਲਤ ਆ ਜੋ ਵੀ ਇਹ ਕਿਉਂਕਿ ਇੰਨੀ ਵਧੀਆ ਜ਼ਿੰਦਗੀ ਪਹਿਲਾਂ ਵੀ ਚੱਲ ਰਹੀ ਸੀ ਫਿਰ ਇੰਨੀ ਛੇਤੀ ਕੀ ਆਫਤ ਆ ਗਈ ਸੀ ਵੀ ਇਹ ਪਾਸ ਕਰਨਾ ਪਿਆ ਜਾਂ ਹਣਾ ਪਹਿਲਾਂ ਵੀ ਚੱਲ ਰਹੀ ਸੀ ਇੰਨੀ ਸਦੀਆਂ ਤੋਂ ਚੱਲੀ ਜਾਂਦੀ ਆ ਸੋ ਇਕ ਗਲਤ ਹੈ ਕਿਉਂਕਿ ਅਸੀਂ ਵੀ ਆਪਾਂ ਜਿੱਥੇ-ਜਿੱਥੇ ਗਏ ਆ ਅਸੀਂ ਸ਼੍ਰੀ ਬਰਾੜ ਬਾਈ ਵੱਡੇ ਸਾਰੇ ਅਸੀਂ ਗਏ ਸੀ ਹਨਮਾਨਗੜ੍ਹ ਵੀ ਸਾਰੇ ਜਦੋਂ ਇੰਨਾ ਪ੍ਰੋਟੈਸਟ ਕਰ ਰਹੇ ਨੇ ਉਸ ਚੀਜ਼ ਦਾ ਸੋ ਉਹਨਾਂ ਨੂੰ ਮੇਰੇ ਹੱਥਾਂ ਨਾਲ ਮੰਨ ਲੈਣਾ ਚਾਹੀਦਾ ਉਹਨਾਂ ਨੂੰ ਔਰ ਬਿਲਕੁਲ ਜੀ ਬਜ਼ੁਰਗਾਂ ਦੇ ਵਿੱਚ ਬਹੁਤ ਜ਼ਿਆਦਾ ਜ਼ਮੀਰ ਆਪਣਾ ਹੈ ਨਾ ਸਾਰਿਆਂ ਦੇ ਅੰਦਰ ਲੇਕਿਨ ਸੱਚ ਦੱਸਾਂ ਮੈਨੂੰ ਪਤਾ ਕੀ ਗਲਤ ਹੈ ਕਿ ਇਹਨਾਂ ਅੱਗ ਜ਼ਰੂਰ ਲੱਗਦੀ ਹੈ ਅੰਦਰ ਆਪਣੇ ਹਰੇਕ ਦੇ ਅੰਦਰ ਹੀ ਆਇ ਇੱਕ ਐ ਹੁੰਦਾ ਵੀ ਯਾਰ ਜਿਆ ਬਜ਼ੁਰਗਾਂ ਦੇ ਹਾਂ ਬਿਲਕੁਲ ਜੀ ਹੁੰਦਾ ਫਰਕ ਪੈਂਦਾ ਜੀ ਬੇਸ਼ੱਕ ਬਜ਼ੁਰਗ ਵੀ ਹੈ ਔਰ ਸਾਰਿਆਂ ਦਾ ਉੱਥੇ ਸ਼ਹੀਦ ਹੋਗੇ ਜਿਹਨਾਂ ਦਾ ਬੜੀ ਔਖੀ ਬੀਜ ਦੀ ਹੈ ਹਨਾ 52 ਤੋਂ ਤੇ ਜਿਹੜੇ ਸ਼ਹੀਦੀ ਹੈ ਸ਼ਹੀਦ ਹੋਏ ਬਿਨਾਂ ਗੱਲ ਦਾ ਐਵੇਂ ਰੌਲਾ ਪਾਈ ਜਾਣਾ ਹਨਾ ਸੋ ਵਧੀਆ ਚੱਲੀ ਜਾਂਦਾ ਜੇ ਕੋਈ ਹੋਰ ਕੰਮ ਤੁਸੀਂ ਕਰੋ ਜੀ ਕੁਝ ਕਰਨਾ ਚਾਹੁੰਦੇ ਹੋ ਤੋ ਜਿਹੜਾ ਪਹਿਲਾਂ ਹੀ ਉਹ ਤਾਂ ਠੀਕ ਹੈ ਜੋ ਵੀ ਮਾੜਾ ਮੋਟਾ ਕੁਝ ਹੋਰ ਕਰਨ ਫਿਰ ਉਹਨਾਂ ਦੀ ਮੰਨੀ ਮੰਨੀ ਤਾਂ ਜਾਵੇ ਨਾ ਐ ਤਾਂ ਵੀ ਜਿਵੇਂ ਪ੍ਰਾਈਵੇਟ ਨਹੀਂ ਕਰਵਾਇਆ ਜਾਂਦਾ ਸਾਰਾ ਕੁਝ ਹੈ ਨਾ ਸੋ ਗੱਲ ਤਾਂ ਇਨਸ਼ਾਅੱਲਾ ਫਤਿਹ ਹੋਣੀ ਆ ਅੱਜ ਹੋ ਜਾਏ ਕੱਲ ਹੋ ਜਾਏ ਬਾਬਾ ਜੀ ਮੇਰ ਕਰਨਗੇ ਜੀ ਬਿਲਕੁਲ ਅੱਛਾ ਵੀਰੇ ਮੈਂ ਚਾਹਣਾ ਆਪਾਂ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਣੀ ਆ ਇੱਕ ਗਾਣਾ ਮੈਂ ਜ਼ਰੂਰ ਸੁਣਨਾ ਚਾਹੂੰਗਾ ਤੁਹਾਡੇ ਮੂੰਹੋਂ ਉਹ ਗਾਣਾ ਇਹ ਹੋਗਾ ਜਿਹੜਾ ਤੁਸੀਂ ਜ਼ਿਕਰ ਕੀਤਾ ਤੁਹਾਡੇ ਫਾਦਰ ਸਾਹਿਬ ਦਾ ਲਿਖਿਆ ਜਿਹੜਾ ਸਿੱਧੂ ਭਾਈ ਦੇ ਨਾਲ ਆ ਦੋ ਸਦਰਾਂ ਜ਼ਰੂਰ ਹੋ ਜਾਣਾ ਉਹਦੀਆਂ ਮੈਂ ਹੋਰ ਸੁਣਾ ਦੇਣਾ ਉਹ ਵੀ ਸੁਣਾ ਦੂੰਗਾ ਲੇਕਿਨ ਮੈਂ ਹੋਰ ਸੁਣਾ ਦੇ ਡੈਡੀ ਦਾ ਗਾਣਾ ਬੜਾ ਸ ਏ ਵੀ ਆਉਣ ਵਾਲਾ ਸ਼ਾਇਦ ਔਰ ਬੜਾ ਪਸੰਦ ਕਰਦਾ ਸੀ ਪੁਰਾਣਾ ਗਾਣਾ ਸੀ ਜੀ ਵੀਰੇ ਹੋ ਤੇਰੇਆਂ ਯਾਰਾਂ ਤੋਂ ਤੇਰਾ ਲੈ ਕੇ ਸਿਰਨਾਵਾ ਤੇਰੇਆਂ ਯਾਰਾਂ ਤੋਂ ਤੇਰਾ ਲੈ ਕੇ ਸਿਰਨਾਵਾ ਤੈਨੂੰ ਰਹੀਆਂ ਮੈਂ ਚੰਨਾ ਚਿੱਠੀ ਪਾ ਹਾ ਲੰਡਨ ਚੋਂ ਇੰਡੀਆ ਨੂੰ ਆ ਜਾ ਸੋਹਣਿਆ ਵੇ ਤੇਰੀ ਰੱਖ ਤਾਂ ਮਸ਼ੂਕ ਦਾ ਵਿਆਹ ਲੰਡਨ ਚੋਂ ਇੰਡੀਆ ਨੂੰ ਆ ਜਾ ਸੋਹਣਿਆ ਵੇ ਤੇਰੀ ਰੱਖ ਤਮਸ਼ੂਕ ਦਾ ਵਿਆਹ ਆ ਬੱਪੂ ਦੀ ਮਨਤ ਕਰ ਬੇਬੇ ਨੂੰ ਮਣਾ ਕੇ ਕੱਲ ਪੂਹ ਲੈਗੀ ਚੰਨਾ ਮੇਰਾ ਸਾਖ ਵੇ ਆਓ ਚੰਗਾ ਹੋਇਆ ਸਿਰ ਉਤੋਂ ਪਾਰ ਲੱਥ ਜਊ ਪਿਆਸੀ ਸ਼ੇਰੀ ਕਾ ਮੇਰਾ ਆਂਖ ਵੇ ਆ ਮਰ ਜਾਣੀ ਧਰਤੀ ਤੇ ਲਾਉਂਦੀ ਨਹੀਂ ਸੀ ਪੱਬ ਮੇਰੀ ਭਾਬੀ ਨੇ ਮਣਾਇਆ ਬੜਾ ਚਾਹ ਹਾ ਹੋ ਲੰਡਨ ਚੋਂ ਇੰਡੀਆ ਨੂੰ ਹਾਓ ਲੰਡਨ ਚੋਂ ਇੰਡੀਆ ਨੂੰ ਆਹ ਜਾ ਸੋਹਣਿਆ ਵੇ ਤੇਰੀ ਰੱਖ ਤਮ ਸ਼ੂਖਦਾ ਵਿਆ ਕੀ ਬਾਤ ਹੈ ਥੈਂਕ ਯੂ ਸੋ ਮਚ ਬਹੁਤ ਚੰਗਾ ਲੱਗਿਆ ਥੈਂਕ ਯੂ ਗੋਡ ਬਲੈਸ ਕਿ ਜਸ ਸੁਣਦੇ ਆ ਨਾ ਸੀ ਸਟੂਡੀਓਜ਼ ਦੇ ਵਿੱਚ ਜਾਂ ਗਾਣੇ ਸੁਣਦੇ ਆ ਜਾਂ ਸੁਣਦੇ ਆ ਟੀਵੀਜ਼ ਦੇ ਉੱਤੇ ਸੁਣਦੇ ਆ ਪਰ ਲਾਈਵ ਸੁਣ ਕੇ ਜਿਹੜਾ ਸਕੂਨ ਮਿਲਦਾ ਨਾ ਅਸਲ ਗਾਇਕ ਦਾ ਕਿਉਂਕਿ ਅੱਜ ਕੱਲ ਆਟੋ ਟਿਊਨਿੰਗ ਦਾ ਜ਼ਮਾਨਾ ਹੈ ਟਿਊਨ ਕਰਕੇ ਆਵਾਜ਼ ਨੂੰ ਕਹਿੰਦੇ ਕੁਝ ਤੋਂ ਕੁਝ ਬਣਾ ਦਿੱਤਾ ਜਾਂਦਾ ਪਰ ਜਦ ਇਹੋ ਜੀਆਂ ਸੂਰੀਆਂ ਆਵਾਜ਼ਾਂ ਸੁਣਦੇ ਨਾ ਤਾਂ ਬਹੁਤ ਰੂਹ ਖੁਸ਼ ਹੁੰਦੀ ਹੈ ਵੀਰੇ ਬਹੁਤ ਚੰਗਾ ਲੱਗਾ ਮਿਲ ਕੇ ਗੱਲਬਾਤ ਕਰਕੇ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਜਿਹੜੀ ਇਹ ਇੰਟਰਵਿਊ ਚੰਗੇ ਲੱਗੇ ਹੋਊਗੀ ਸੋ ਦਰਸ਼ਕੋ ਇਹ ਸਨ ਖੁਦਾ ਬਖਸ਼ ਜਿਨ੍ਹਾਂ ਦੇ ਬਾਰੇ ਤੁਸੀਂ ਸੁਣਿਆ ਜਿਹੜੇ ਆਉਣ ਵਾਲੇ ਜਿਹੜਾ ਇਹਨਾਂ ਦੇ ਪ੍ਰੋਜੈਕਟ ਪ੍ਰੋਜੈਕਟਸ ਨੇ ਜਿਵੇਂ ਦੱਸ ਰਹੇ ਨੇ ਕਿ ਇਹਨਾਂ ਦੇ ਫਾਦਰ ਸਾਹਿਬ ਦੇ ਵੀ ਲਿਖੇ ਕੁਝ ਪ੍ਰੋਜੈਕਟ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਆਪ ਵੀ ਲੇਖਣ ਤੇ ਆਪ ਵੀ ਜਿਹੜਾ ਆਪਣੀ ਲਿਖਤ ਵੀ ਜਿਹੜੀ ਅੱਗੇ ਲੈ ਕੇ ਆਉਣਗੇ ਬਹੁਤ ਚੰਗਾ ਲੱਗਾ ਬਾਈ ਦੇ ਨਾਲ ਗੱਲਬਾਤ ਕਰਕੇ ਵੀਰੇ ਬਹੁਤ ਬਹੁਤ ਧੰਨਵਾਦ ਸੋ ਇਹੋ ਜੇ ਹੋਰ ਫਨਕਾਰਾਂ ਨਾਲ ਕਲਾਕਾਰਾਂ ਨਾਲ ਸਮੇਂ ਸਮੇਂ ਸਿਰ ਤੁਹਾਨੂੰ ਮਿਲਾਉਂਦੇ ਰਹਾਂਗੇ ਤਦ ਤੱਕ ਲਈ ਮੈਨੂੰ ਯਾਨਕੀ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ ਤੇ ਵੇਖਦੇ ਰਹੋ ਨਿਰਪੱਖ ਪੋਚੈਨਲ ਧੰਨਵਾਦ